अगर आपने हमारे YouTube चैनल को सब्सक्राइब नहीं किया है तो आपको सब्सक्राइब बटन दिख रहा है, आप इसको क्लिक कीजिए और सब्सक्राइब कर दीजिए। और साथ ही साथ बेल आइकन दिखाई दे रहा है, आप इसको भी क्लिक कीजिए और इनेबल कर दीजिए ताकि हम जब भी नई वीडियो अपलोड करें आपको उसकी नोटिफिकेशन मिल सके। पवित्र आत्मा आएगा, जब पवित्र आत्मा आएगा
ਤੁਸੀਂ ਸਾਂਭਰ ਪਾਓਗੇ, ਸਾਂਭਰ ਸ਼ਕਤੀ ਮਿਲੇਗੀ ਤੁਹਾਨੂੰ ਨਾ। ਬਹੁਤ ਸਾਰੇ ਲੋਕ ਆ ਉਹ ਕਹਿੰਦੇ ਜਦੋਂ ਪਤਰਾਤਮਾ ਅਸੀਂ ਯਸੂਸ ਨੂੰ ਕਬੂਲ ਕੀਤਾ ਸਾਨੂੰ ਉਦੋਂ ਹੀ ਪਾਕ ਮਿਲ ਗਿਆ। ਕਈ ਲੋਕਾਂ ਦੇ ਮਨ 'ਚ ਭੁਲੇਖਾ, ਮੇਰੇ ਅੰਦਰ ਵਿਸ਼ਵਾਸ ਦਾ ਆਤਮਾ ਹੈ, ਆਪਣਾ ਬਣਾਇਆ ਹੈ, ਆਪਣੇ ਬਾਈਬਲ ਦੀ ਨਹੀਂ ਗੱਲ, ਆਪਣਾ ਬਣਾਇਆ ਹੈ। ਵਿਸ਼ਵਾਸ ਨਾਲ ਪ੍ਰਾਰਥਨਾ ਕਰਨ ਨਾਲ ਸਭ ਕੁਛ ਹੁੰਦਾ। ਨੋਟ ਕਰੀਏ, ਵਿਸ਼ਵਾਸ 'ਤੇ ਇਕੱਲਾ ਵਿਸ਼ਵਾਸ ਵੀ ਕੰਮ ਨਹੀਂ ਕਰਦਾ ਜਦ ਤੱਕ ਅਸੀਂ ਕਰਮ ਨਾ ਕਰੀਏ। ਸਾਨੂੰ ਵਿਸ਼ਵਾਸ ਦੇ ਨਾਲ ਨਾਲ ਕਰਮ ਵੀ ਕਰਨਾ ਪਏਗਾ। ਬਹੁਤ ਲੋਕ ਇਸੇ ਗੱਲ 'ਤੇ ਖੜੇ ਆ ਕਿ ਕਰਮ ਕਰਨ ਦੀ ਲੋੜ ਨਹੀਂ, ਸਿਰਫ ਵਿਸ਼ਵਾਸ ਕਰਨ ਦੀ ਲੋੜ ਆ। ਬਹੁਤੇ ਲੋਕਾਂ ਦਾ ਇਹ ਪ੍ਰੀਚਿੰਗ ਵੀ ਹੈ ਕਿ ਤੁਸੀਂ ਵਿਸ਼ਵਾਸ ਕਰੋ, ਖੁਦਾ ਦੀ ਮਹਿਮਾ ਨੂੰ ਵੇਖੋਗੇ। ਮੈਂ ਕਹਿੰਦਾ ਤੁਸੀਂ ਕਰਮ ਕਰੋ, ਖੁਦਾ ਦਾ ਜਲਾਲ ਵੇਖੋ। ਇਹਨੂੰ ਨੋਟ ਕਰੀਏ, ਅਸੀਂ ਡੱਡੂ ਨਹੀਂ ਬਣਨਾ,
ਅਸੀਂ ਮੱਛਲੀ ਬਣਨਾ। ਬੋਲੋ, ਮੱਛਲੀ ਪਾਣੀ 'ਚ ਰਹਿੰਦੀ। ਬੋਲੋ, ਕਿੱਥੇ ਰਹਿੰਦੀ? ਡੱਡੂ ਪਾਣੀ ਤੋਂ ਬਾਹਰ ਵੀ ਆ ਸਕਦਾ ਤੇ ਪਾਣੀ ਤੋਂ। ਬੋਲੀਏ, ਜਿਹੜਾ ਡੱਡੂ ਆ ਪਾਣੀ ਦੇ ਅੰਦਰ ਵੀ ਰਹਿ ਸਕਦਾ ਤੇ ਪਾਣੀ ਤੋਂ। ਵਿਸ਼ਵਾਸੀ ਮਸੀਹੀ ਜਿਹੜਾ ਆਪਣੇ ਕਹਿੰਦੇ ਚਰਚ ਵਿੱਚ ਖੁਦਾ ਪ੍ਰਸਤ ਨੇ ਸੁਲੇਮਾਨ ਕਹਿੰਦਾ ਜੇ ਸ਼ੈਤਾਨ ਵੀ ਚੁੱਪ ਕਰਕੇ ਬੈਠਾ ਰਹੇ ਤੇ ਕੀ ਲੱਗਦਾ? ਧਰਮੀ ਲੱਗਦਾ। ਬੋਲੋ, ਕੀ ਲੱਗਦਾ? ਆਪਾਂ ਹੁਣ ਸਾਰੇ ਜਿੰਨੇ ਇੱਥੇ ਬੈਠੇ ਨਾ, ਬੋਲੋ ਕੀ ਇਹਦਾ ਲੱਗਦਾ? ਜੁਆ ਆਦਮੀ ਬਾਹਰ ਆ ਕੇ ਦੇਖੇਗਾ, ਬਹੁਤ ਅੱਛਾ ਅੱਛਾ, ਬੜਾ ਸਾਇਨ, ਬਹੁਤ ਸੰਦੀਦਗੀ ਨਾਲ ਪ੍ਰਚਾਰ ਸੁਣਦੇ ਆ। ਇੱਥੇ ਤੱਕ ਸੀਮਤ ਨਹੀਂ ਹੈ ਇਹ ਲਾਈਫ, ਬਾਅਦ ਤੱਕ ਪਤਾ ਲੱਗਦੀ ਕੌਣ ਕੀ। ਸਤਸੰਗ ਬੜੇ ਬੜੇ ਸੰਸਾਰ 'ਚ ਹੁੰਦੇ ਲੋਕ, ਬੜੇ ਧਰਮੀ ਇੱਦਾਂ ਬੈਠੇ ਹੁੰਦੇ ਆ, ਪੂਜੀਏ ਨੂੰ ਉੱਥੇ ਲਿਖਿਆ ਹੁੰਦਾ, ਪੂਜੀਏ ਜੋ ਵੀ ਉਹਨਾਂ ਦਾ ਹੁੰਦਾ ਉਹਨੂੰ ਬੜਾ ਸਤਿਕਾਰ ਨਾਲ ਇਹ ਕਰਦੇ ਆ, ਇਹੀ ਆ, ਹੋਰ ਸੰਸਾਰ 'ਚ ਕੋਈ ਨਹੀਂ। ਨੋਟ ਕਰੀ, ਕੁਛ ਵੀ ਨਹੀਂ, ਧਰਮੀ ਦੀ ਤਸਵੀਰ ਹੀ ਹੋ, ਉਹਦੀ ਫੋਟੋ ਹੀ ਹੋ, ਉਹਦਾ ਕੋਈ ਦਿਖਾਵਟੀ ਕੰਮ ਨਹੀਂ ਹੁੰਦਾ। ਉਹਦੇ ਸਾਰੇ ਕੰਮ ਉਹਦਾ ਡੈਡੀ ਜਾਣਦਾ, ਲਿਖਿਆ ਜਿਹੜੇ ਗੁਪਤ ਵਿੱਚ ਕਰਦਾ, ਖੁਦਾ ਜੋ ਪ੍ਰਗਟ ਕਰੇਗਾ। ਬਾਈਬਲ ਦੀ ਗੱਲ ਆ, ਲੇਕਿਨ ਲਿਖਿਆ ਮੈਂ ਤੈਨੂੰ ਨਵਾਂ ਆਤਮਾ ਅਤੇ ਨਵਾਂ ਕੀ ਦੂੰਗਾ? ਦਿਲ ਦੂੰਗਾ। ਜਿਹਦਾ ਨਵਾਂ ਆਤਮਾ ਬਣ ਜਾਏ, ਨਵਾਂ ਦਿਲ ਬਣ ਜਾਏ, ਉਹਦੀਆਂ ਗੱਲਾਂ ਵੀ ਕੀ ਹੋਣਗੀਆਂ ਫਿਰ ਨਵੀਆਂ? ਬੋਲੋ, ਉਹਦੇ ਦਿਲ ਦੇ ਅੰਦਰ ਫਿਰ ਕੁਛ ਰਹਿੰਦਾ ਨਹੀਂ, ਕਿਉਂਕਿ ਬਾਈਬਲ ਦੇ ਵਿੱਚ ਇੱਦਾਂ ਲਿਖਿਆ ਹੈ। ਜਿਹੜੇ ਤੁਸੀਂ ਨਵੇਂ ਦਿਲ ਦੀ ਗੱਲ ਮੈਂ ਕਰਨ ਲੱਗਾ, ਨਵੇਂ ਆਤਮਾ ਦੀ ਗੱਲ ਵੀ ਕਰਨ ਲੱਗਾ, ਕਿਉਂਕਿ ਸਾਡਾ ਟੋਪਿਕ ਪਿਛਲਾ ਚੱਲ ਰਿਹਾ ਮੈਸੇਜ ਪਵਿੱਤਰ ਆਤਮਾ, ਪਵਿੱਤਰ ਆਤਮਾ ਪਾਉਣਾ ਜ਼ਰੂਰੀ ਆ। ਅਤੇ ਪਵਿੱਤਰ ਆਤਮਾ ਉਦੋਂ ਮਿਲਦਾ ਜਿਹੜੇ ਅਸੀਂ ਪਰਮੇਸ਼ੁਰ ਦੇ ਕੀ ਆਉਂਦੇ ਨਜ਼ਦੀਕ ਕਰਦੇ, ਤੌਬਾ ਕਰਦੇ, ਪਾਣੀ ਦਾ ਬਪਤਿਸਮਾ ਲੈਂਦੇ। ਅਤੇ ਬਾਈਬਲ ਦੇ ਮੁਤਾਬਕ ਲਿਖਿਆ ਪਵਿੱਤਰ ਆਤਮਾ ਦੀ ਕੀ ਲੱਗਦੀ ਆ? ਉੱਥੇ ਮੋਹਰ ਲੱਗਦੀ ਆ। ਲੇਕਿਨ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਟੱਚ ਕਰਾਉਣੀ ਆ, ਇਹਨੂੰ ਕਿਉਂ ਨਾ ਸੁਣਨਾ। ਜਿਹੜੇ ਤੁਸੀਂ ਮਰਕਸ, ਸ਼ਾਇਦ ਮਰਕਸ ਦੀ ਸੱਤ ਅਧਿਆਇ ਵਿੱਚ ਕੀ ਆਇਆ, ਉਹਨੂੰ ਟੱਚ ਮਤਲਬ ਕਰਨਾ ਚਾਹੁੰਦਾ। ਹੁਣ ਜੇ ਨਵਾਂ ਆਤਮਾ ਆ ਤੇ ਨਵੇਂ ਆਤਮਾ ਦੇ ਅੰਦਰ ਇਹ ਗੱਲਾਂ ਹੈਗੀ ਆ ਕਿ ਨਹੀਂ, ਹੋਰ ਇਹ ਦੇਖ ਚੈੱਕ ਕਰੀਏ ਆਪਣੇ ਆਪ ਨੂੰ। ਦੇਖੀਏ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ। ਦੇਖੀਏ, ਜੇ ਨਵਾਂ ਦਿਲ ਤੇ ਨਵਾਂ ਆਤਮਾ ਆਏਗਾ, ਲਿਖਿਆ ਕਿਉਂਕਿ ਮਨੁੱਖ ਦੇ ਦਿਲ ਵਿੱਚੋਂ ਅੰਦਰੋਂ ਬੁਰੇ ਖਿਆਲ, ਹਰਾਮਕਾਰੀਆਂ। ਬੋਲੋ, ਕਿਹੜੀ ਹਰਾਮਕਾਰੀ? ਚੋਰੀਆਂ, ਚੋਰੀ, ਖੂਨ, ਖੂਨ, ਜਨਾਹਕਾਰੀਆਂ, ਜਨਾਹਕਾਰੀਆਂ, ਲੋਭ, ਲਾਲਚ, ਬਦੀਆਂ, ਬਦੀ, ਛਲ, ਛਲ, ਮਸਤੀ, ਮਸਤੀ, ਬੁਰੀ ਨਜ਼ਰ, ਬੁਰੀ ਨਜ਼ਰ, ਕੁਫਰ, ਕੁਫਰ, ਹੰਕਾਰ, ਹੰਕਾਰ, ਮੂਰਖਤਾ ਨਿਕਲਦੀ ਹੈ। ਇਹ ਇਨਸਾਨ ਦੇ ਦਿਲ ਵਿੱਚ ਹੁੰਦੀਆਂ, ਪੁਰਾਣੇ ਦਿਲ ਵਿੱਚ ਹੈ, ਨਵੇਂ ਦਿਲ ਵਿੱਚ ਨਵੀਆਂ ਗੱਲਾਂ ਹਨ। ਨੋਟ ਕਰੀਏ, ਇਹ ਪੁਰਾਣੇ ਦਿਲ ਦੀਆਂ ਗੱਲਾਂ ਹਨ, ਜਿਹੜਾ ਖੁਦਾ ਤੈਨੂੰ ਨਵਾਂ ਦਿਲ ਤਬਦੀਲ ਕਰ ਦੇਗਾ, ਤੇਰਾ ਦਿਲ, ਫਿਰ ਤੇਰੀਆਂ ਗੱਲਾਂ ਵੀ ਤੇਰੇ ਦਿਲ ਵਿੱਚੋਂ ਨਵੀਆਂ ਨਿਕਲਣ। ਮੈਨੂੰ ਖਿਆਲ ਆ ਤੁਹਾਨੂੰ, ਅੱਜ ਮੈਂ ਤੁਹਾਨੂੰ ਕੁਛ ਗੱਲਾਂ ਟੱਚ ਕਰਨੀਆਂ। ਪੁੱਤਰਾਮਾ ਪਾਏ ਲੋਕੋ, ਜਿਹੜੇ ਕਹਿੰਦੇ ਨੇ ਮੈਂ ਹੋਲੀ ਸਪਿਰਿਟ ਆ, ਕਿ ਇਹ ਗੱਲਾਂ ਚੈੱਕ ਕਰਕੇ ਦੇਖੀ, ਜਿਹੜੀਆਂ ਇਹ ਗੱਲਾਂ ਇਹਨਾਂ 'ਚੋਂ ਕਿੰਨੀਆਂ ਗੱਲਾਂ ਤੇਰੇ ਦਿਲ 'ਚ ਹੈ। ਜੇ ਤੇਰੇ ਦਿਲ 'ਚ ਇਹ ਗੱਲਾਂ ਹੈਗੀਆਂ ਤਾਂ ਤੇਰਾ ਦਿਲ ਹਾਲੇ ਨਵਾਂ ਨਹੀਂ, ਤੇਰਾ ਦਿਲ ਕੀ ਆ? ਪੁਰਾਣਾ। ਜੇ ਆ ਵੀ ਜਾਣ ਤੇ ਉਹਨੂੰ ਹੋਰ ਸ਼ਕਤੀ ਨਾਲ ਬਾਹਰ ਕੱਢਣਾ ਰੱਖਣੀਆਂ ਨੇ। ਮੈਂ ਵੀ ਨਹੀਂ ਕਹਿੰਦਾ ਆ ਵੀ ਸਕਦੀ ਹਾਂ, ਆ ਸਕਦੀ ਹਾਂ, ਆ ਸਕਦੀ ਹਾਂ, ਪਰ ਉਹਨੂੰ ਅੰਦਰ ਦਿਲ 'ਚ ਰਹਿਣ ਨਹੀਂ। ਇਹ ਅੰਦਰੋਂ ਨਿਕਲਦੀਆਂ ਤੇ ਆਪ ਨੂੰ ਕੀ ਕਰਦੀਆਂ? ਇਹ ਪ੍ਰਿਸ਼ਟ ਕਰਦੀਆਂ, ਤੇ ਪ੍ਰਿਸ਼ਟ ਆਦਮੀ ਪਰਮੇਸ਼ਰ ਨੂੰ ਕਦੀ ਪਸੰਦ ਨਹੀਂ। ਇਹਨੂੰ ਕਿਹਾ ਅੰਦਰ ਦਿਲ ਵਿੱਚ ਆ, ਅੰਦਰ ਅੰਦਰੋਂ ਆ। ਤੇ ਬਾਈਬਲ ਇੱਦਾਂ ਕਹਿੰਦੀ ਆ, ਮਤੀ ਜੀ ਕੀ ਮਤੀ ਦੇ ਕਹਿੰਦੀ ਹੈ, ਜੋ ਕੁਛ ਤੇਰੇ ਅੰਦਰ ਆ ਉਹ ਕੀ ਆਵੇ? ਤੇਰੇ ਦਿਲ ਵਿੱਚੋਂ ਨਿਕਲਣਾ ਜੋ ਕੁਛ, ਤੇਰੇ ਅੰਦਰ ਆ ਜੋ ਕੁਛ ਆ ਉਹਨੇ ਬੋਲ ਕੇ ਬਾਹਰ ਆ ਜੋ ਕੁਛ। ਇਹ ਬਾਈਬਲ ਦੀ ਮਸੀਹ ਵਿੱਚ ਮੈਂ ਤੁਹਾਨੂੰ ਬੇਨਤੀ ਕਰਨਾ, ਇਹ ਦਿਲ ਦੀਆਂ ਗੱਲਾਂ, ਆਤਮਾ ਦੀ ਗੱਲ ਸੁਣੀ। ਆਤਮਾ ਜਿਹੜੇ ਇਨਸਾਨ ਦਾ ਨਇਆ ਹੋ ਜਾਂਦਾ, ਉਹਦੇ ਕੰਮ ਨਵੇਂ ਹੋ ਜਾਂਦੇ ਇਹਨਾਂ ਵਿੱਚ। ਆਤਮਿਕ ਆਦਮੀ ਸਰੀਰਕ ਗੱਲ ਕਦੀ ਨਹੀਂ ਕਰੇ। ਸੁਣੀਏ, ਜਿਹੜੇ ਅੰਦਰ ਹੋਲੀ ਸਪਿਰਿਟ ਆ ਉਹ ਸਰੀਰ ਦੇ ਉੱਤੇ ਗੱਲਾਂ 'ਤੇ ਫਤਿਹ ਪਾ ਲੈਂਦਾ। ਜਿਹੜਾ ਆ ਇਨਸਾਨ ਪਵਿੱਤਰ
ਚੱਲਦਾ, ਪਵਿੱਤਰ ਆਤਮਾ ਵਿੱਚ ਚੱਲਦਾ, ਉਹ ਸਰੀਰੀ ਗੱਲਾਂ 'ਤੇ ਕੀ ਪਾਲਦਾ? ਫਤਾ ਪਾਲਦਾ। ਬਾਈਬਲ ਤੇਰੀ ਰੋਮੀਆਂ ਦੇ ਖਾਤੇ ਲਿਖਿਆ, ਰੋਮੀਆਂ ਦੇ ਖਾਤੇ ਲਿਖਿਆ, ਤੁਸੀਂ ਦੇਹੀ ਦੇ ਕਾਰਜਾਂ ਨੂੰ ਜਿਹੜੇ ਤੁਹਾਨੂੰ ਸਤਾਉਂਦੇ ਨੇ ਸੰਸਾਰ 'ਚ ਰਹਿ ਕੇ, ਪਵਿੱਤਰ ਆਤਮਾ ਦੇ ਵਿੱਚ ਰਹਿ ਕੇ, ਨਵੇਂ ਆਤਮਾ 'ਚ, ਪੁੱਤਰ ਆਤਮਾ ਰਹਿ ਕੇ, ਅੰਨੇ ਭਾਸ਼ਾ ਬੋਲ ਕੇ ਉਹਦੀਆਂ ਜਿਹੜੀਆਂ ਕਿਰਿਆ ਨੂੰ ਕੀ ਕਰ ਸਕਦੇ ਨੇ? ਮਰ ਸਕਦੇ। ਸਿਰਫ ਹੋਲੀ ਸਪਿਰਿਟ ਦੀ ਸ਼ਕਤੀ ਨਾਲ ਮਰਨਗੀਆਂ, ਔਰ ਦੁਨੀਆਂ ਦੀ ਕਿਸੇ ਤਾਕਤ ਨਾਲ ਨਹੀਂ ਮਰਨਾ। ਇਹਨੂੰ ਖਿਆਲ ਰੱਖੋ, ਹੋਲੀ ਸਪਿਰਿਟ ਦੇ ਨਾਲ ਅਸੀਂ ਆਪਣੀ ਜਿਹੜੀ ਸਰੀਰਕ ਅਭਿਲਾਸ਼ਾ ਹੈ ਉਹਨੂੰ ਮਾਰ ਸਕਦੇ ਹਾਂ। ਜਿਹੜੀਆਂ ਅਭਿਲਾਸ਼ਾ ਸਤਾਉਂਦੀਆਂ ਸਤਾਉਂਦੀਆਂ ਸਿਰਫ ਪਵਿੱਤਰ ਆਤਮਾ ਤੋਂ ਬਿਨਾਂ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਅਤੇ ਪਵਿੱਤਰ ਆਤਮਾ ਪਾਉਣਾ ਇਸੇ ਲਈ ਕੀ ਆ ਜ਼ਰੂਰੀ। ਕਦੀ ਬਾਅਦ 'ਚ ਲਿਖਿਆ, ਜਿਤਨੇ ਪਵਿੱਤਰ ਆਤਮਾ ਕੀ ਅਗਵਾਈ ਸੇ ਚਲਤੇ ਹੈ, ਪਵਿੱਤਰ ਆਤਮਾ ਉਹੀ ਉਹਦੇ ਬੇਟੀਆਂ 'ਤੇ ਕੀ ਹਨ। ਅਤੇ ਮੈਂ ਤਾਂ ਪਾਇਆ ਨਹੀਂ ਪਵਿੱਤਰ ਆਤਮਾ, ਤਾਂ ਅਗਵਾਈ ਕੀ ਦੀ ਕਹਿਣਾ ਸੁਣੀਏ, ਮੈਂ ਪਾਕ ਰੂਪ ਪਾਇਆ ਹੀ ਨਹੀਂ ਅਤੇ ਮੈਨੂੰ ਅਗਵਾਈ ਕੌਣ ਕਰੇਗਾ, ਕੌਣ ਅਗਵਾਈ ਕਰੇਗਾ? ਇਸੇ ਕਰਕੇ ਪਵਿੱਤਰ ਆਤਮਾ ਪਾਉਣਾ ਕੀ ਆ ਬੋਲੋ, ਜਿਹਨਾਂ ਨੂੰ ਜ਼ਰੂਰੀ ਉਹ ਤਾਂ ਕਹਿਣ ਬੋਲੋ, ਪਵਿੱਤਰ ਆਤਮਾ ਪਾਉਣਾ ਵਿਸ਼ਵਾਸ ਹੈ ਨਹੀਂ ਕਰਮ ਕਰਨਾ। ਬੋਲੋ ਕੀ ਕਰਨਾ? ਕਰਮ ਕੰਮ ਕਰਨਾ। ਬਾਈਬਲ ਸੁਣਨੀ, ਗੱਲਾਂ ਨਾਲ ਨਹੀਂ ਮਿਲੇਗਾ, ਕਿਉਂਕਿ ਪਰਮੇਸ਼ਵਰ ਗੱਲਾਂ ਬਾਤਾਂ ਦਾ ਨਹੀਂ, ਬਾਈਬਲ ਕਹਿੰਦੀ ਕਰਮ ਕਰਨਾ ਪਏਗਾ ਸਾਨੂੰ। ਕਰਮ ਕੀ ਕਰਨਾ? ਬਾਈਬਲ ਦੀਆਂ ਗੱਲਾਂ ਜਿਹੜੀਆਂ ਹਨ ਉਹ ਸਾਨੂੰ ਪੂਰੀਆਂ ਕਰਨੀਆਂ ਹੈ ਜੀ। ਵਿਸ਼ਵਾਸ ਦੇ ਨਾਲ ਨਾਲ ਉਹਦੇ ਵਚਨ ਨੂੰ ਮੰਨਾਂਗੇ ਨਾ, ਅਤੇ ਉਹਦੀ ਮਹਿਮਾ ਤੇਰੇ 'ਤੇ ਉਤਰੇਗੀ। ਜਿੰਨਾ ਅਸੀਂ ਆਪਣੇ ਭਾਸ਼ਾ 'ਤੇ ਪ੍ਰਾਰਥਨਾ ਕਰਾਂਗੇ, ਉਹਨੇ ਸਰੀਰੀਆਂ ਗੱਲਾਂ ਸਾਡੀਆਂ ਜਿਹੜੀ ਕਿਉਂ ਜਿਹੜੀਆਂ ਫਿਨਿਸ਼, ਫਿਰ ਆਤਮਾ 'ਚ ਚੱਲਾਂਗੇ। ਜਿਹੜੇ ਅਸੀਂ ਆਤਮਾ 'ਚ ਚੱਲਾਂਗੇ, ਤੁਹਾਨੂੰ ਪਤਾ ਫਿਰ ਪਵਿੱਤਰ ਆਤਮਾ ਤੇਰੇ ਤੇਰੇ ਜਿੱਥੇ ਤੂੰ ਦੁਆਰ 'ਤੇ ਬੈਠੇਗਾ ਤੇਰੇ ਨਾਲ ਉੱਤਰ ਕੇ ਤੇਰਾ ਕੀ ਕਰੇਗਾ ਗੱਲਾਂ, ਕਿਉਂਕਿ ਪਵਿੱਤਰ ਆਤਮਾ ਉਸ ਵਿੱਚ ਨਾਲ ਗੱਲਾਂ ਕਰਦਾ ਜਿਹੜਾ ਪਵਿੱਤਰ ਪਵਿੱਤਰ ਸੀ। ਅੱਛੀ ਚੀਜ਼ ਤੁਸੀਂ ਉੱਥੇ ਰੱਖੋਗੇ ਜਿੱਥੇ ਸਾਰਾ ਕੀ ਹੈ ਕਲੀ, ਜਿਸ ਤੁਹਾਡੇ ਪਹਿਲੇ ਤੇਰੇ ਬਰਤਨ ਵਿੱਚ ਗਾਂਦਾ ਦੁੱਧ ਕਿੱਥੋਂ ਪਾਉਣਾ, ਕਿਉਂਕਿ ਤੂੰ ਵੀ ਸਾਫ ਬਰਤਨ ਚਾਹੁੰਦਾ ਹੈ ਦੁੱਧ ਰੱਖਣ ਵਾਲਾ। ਅਸਮਾਨ ਦਾ ਖੁਦਾ ਵੀ ਇਹੋ ਜਿਹਾ ਪਰਮੇਸ਼ਰ ਆ, ਉਹਨੂੰ ਵੀ ਇੱਕ ਪਾਕ ਅਤੇ ਸਾਫ ਵੀ ਚਾਹੀਦਾ ਹੈ। ਉਹ ਬਰਤਨ ਤੁਸੀਂ ਆ, ਉਹ ਪਰਮੇਸ਼ਰ ਦਾ ਸਹੀ ਜਿਹੜਾ ਬਰਤਨ ਆ ਉਹ ਇਹ ਉਹਦੀ ਦੇਹੀ ਆ, ਇੱਥੇ ਆਪ ਨੂੰ ਮਿਲੇਗਾ ਪਵਿੱਤਰ ਆਤਮਾ। ਅਤੇ ਪਵਿੱਤਰ ਆਤਮਾ ਨੂੰ ਬਾਈਬਲ 'ਚ ਇੱਛਾ ਦਾ ਖਾਸ ਚਾਰ ਹੈ, ਉਹਦੀ ਕੀ ਆ ਪ੍ਰਕਿਰਿਆ? ਮੈਂ ਤੁਹਾਨੂੰ ਇਹਦੇ 'ਤੇ ਪ੍ਰਚਿੰਗ ਕਰਨੀ ਆ ਹੌਲੀ ਸਪਿਰਿਟ 'ਤੇ। ਸੁਣੀਏ ਖਿਆਲ ਕੀ ਕਰਨਾ, ਜਿਹੜਾ ਪਵਿੱਤਰ ਆਤਮਾ ਪਾਇਆ ਉਹ ਬਹੁਤੇ ਲੋਕਾਂ ਨੇ ਪਵਿੱਤਰ ਆਤਮਾ ਦਾ ਕੀ ਬਣਾ ਦਿੱਤਾ? ਖੁਦਾ ਚਾਹੁੰਦਾ ਸੀ ਕੁਛ ਕਰਨਾ, ਖੁਦਾ ਨੇ ਇੱਕ ਦਿਨ ਬਰਤਨ ਸਾਫ ਦੇਖਿਆ, ਉਹਨੇ ਉਨੇ ਦਿੱਤਾ ਉਨੇ ਲਿਆ, ਲੇਕਿਨ ਆਸਤਾ ਆਸਤਾ ਉਹ ਪਵਿੱਤਰ ਆਤਮਾ ਉਹ ਜਗ੍ਹਾ ਤੋਂ ਚਲਾ। ਪੜੀਏ ਇੱਥੇ ਦਾ ਹਰ ਚਾਰ ਹੈਲਪੀ ਹੈ ਜਿਹੜੇ ਗਏ, ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਵਿਸਤਾਰੇ ਦੇ ਦੇਹ ਦੀ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ। ਦੇਖੇ ਸੁਣੀਏ, ਇਹਦਾ ਲਿਖਿਆ ਕਿ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਕੀ ਨਾ ਕਰੋ ਉਦਾਸ, ਉਦਾਸ ਨਾ ਕਰੋ, ਕਿਉਂਕਿ ਤੁਹਾਡਾ ਛੁਟਕਾਰਾ ਇਹਦਾ ਲਿਖਿਆ ਬਾਈਬਲ ਨਿਸਤਾਰੇ ਦੇ ਉੱਤੇ, ਜਦ ਤੁਹਾਡੀ ਦੇਹੀ ਰੂਪਾਂਤਰ ਹੋਵੇਗੀ ਜਿਹਦੇ ਉੱਤੇ ਪਵਿੱਤਰ ਆਤਮਾ ਹੋਵੇਗਾ, ਖੁਦਾ ਯਿਸੂ ਮਸੀਹ ਉਹਦੇ ਲਈ ਕੀ ਕਰੇਗਾ? ਆਈਏ ਇਹਨੂੰ ਫਿਰ ਪੜ੍ਹੀ ਲਿਖਿਆ ਪੜ੍ਹੀਏ, ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦੇਹ ਤੇ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਔਰ ਉਦਾਸ ਨਾ ਕਰੋ, ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ। ਬਹੁਤ ਲੋਕਾਂ ਨੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ, ਬਹੁਤ ਲੋਕਾਂ ਨੇ, ਤੇ ਪਵਿੱਤਰ ਆਤਮਾ ਨੇ ਕੀ ਕੀਤਾ ਪਤਾ? ਬੋਲੀਏ, ਜਿਹਨੇ ਉਹਨੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ, ਮੈਂ ਇੱਕ ਲਾਈਨ ਹੋਰ ਤੁਹਾਨੂੰ ਟੱਕ ਲੈਣਾ ਚਾਹੁੰਦਾ ਬਾਈਬਲ ਦੀ, ਲਿਖਿਆ ਜਿਹਨੇ ਉਦਾਸ ਕੀਤਾ ਉਹਨਾਂ ਦਾ ਵੈਰੀ ਬਣ ਗਿਆ। ਪੜ੍ਹੀ ਸ਼ਾਇਦ ਮੇਰੀ ਪੁੱਤਰ ਕਿੰਨੇ ਅੱਗੇ ਦੇਖੀ ਨਾ ਪੀਰੀਅਡ ਦੀ ਕਿੰਨੀ, ਉਹ ਆਖੀ ਹੋ ਗਏ ਲਿਖਿਆ ਸਰੈਲੀ ਲੋਕ ਜਿਹੜੇ ਮਿਸ਼ਰ ਚੋਂ
ਨਿਕਲ ਕੇ ਆਏ ਸੀ ਜਿਹੜੇ ਮੁਸ਼ਕਲਾਂ 'ਚ ਕਦੀ ਦੁਹਾਈ ਦਿੱਤੇ ਸੀ ਕਦੀ ਚਲਾਉਂਦੇ ਸੀ ਐ ਪਰਮੇਸ਼ਵਰ ਸਾਡੇ ਤੇ ਦਇਆ ਕਰ ਬਾਬਲ ਕਹਿੰਦੀ ਨਿਕਮਤੀ ਪੁੱਤਰ 'ਚ ਖੁਦਾ ਨੇ ਇੱਕ ਦਿਨ ਉਹਨਾਂ ਦੀ ਦੁਹਾਈ ਸੁਣੀ ਤੇ ਆਪਣੇ ਦਾਸ ਮੂਸਾ ਨੂੰ ਖੜਾ ਕਰਕੇ ਰੋਟੀ ਕੱਢ ਲੈ ਗਿਆ ਬਾਹਰ ਕੱਢ ਕੇ ਲੈ ਗਿਆ ਉਹਦਾ ਰੋਣਾ ਸੁਣਿਆ ਇਹਨਾਂ ਲੋਕਾਂ ਨੇ ਕੀ ਕੀਤਾ ਹੋਰ ਸਪੀਡ ਦਾ ਇਹਨਾਂ ਨੇ ਕੀ ਕੀਤਾ ਪੜ੍ਹੀਏ ਪਰ ਉਹ ਆਖੀ ਹੋ ਗਏ ਪਰ ਅਸਰਾਲ ਆਖੀ ਹੋ ਗਿਆ ਅਤੇ ਉਹਦੇ ਪਵਿੱਤਰ ਆਤਮਾ ਨੂੰ ਗ੍ਰੰਥ ਕੀਤਾ ਉਹਨੇ ਪਵਿੱਤਰ ਆਤਮਾ ਨੂੰ ਦਾਸ ਕਰ ਦਿੱਤਾ ਅਤੇ ਉਹ ਉਲਟਾ ਉਹਨਾਂ ਦਾ ਵੈਰੀ ਬਣ ਗਿਆ ਜਿਹੜੇ ਲੋਕ ਪਵਿੱਤਰ ਆਤਮਾ ਨੂੰ ਬੁਝਾ ਦਿੰਦੇ ਹਨ ਬਾਬਲ ਕਹਿੰਦੀ ਪਵਿੱਤਰ ਆਤਮਾ ਨੂੰ ਉਲਟਾ ਕੀ ਹੋ ਗਿਆ ਵੈਰੀ ਬਣ ਗਿਆ ਵੈਰੀ ਬਣ ਗਿਆ ਪਵਿੱਤਰ ਆਤਮਾ ਬਾਈਬਲ ਦੀ ਸਹਿਬ ਦੀ ਪੁਸਤਕ ਵਿੱਚ ਇੱਕ ਬਹੁਤ ਅੱਛੀ ਗੱਲ ਲਿਖੀਆ ਉਹਨੂੰ ਪੜਾਂਗੇ ਚਾਰ ਅਧਿਆਇ ਸ਼ਾਇਦ ਉੱਥੇ ਇੱਕ ਲਾਈਨ ਲਿਖੀ ਬਹੁਤ ਅੱਛੀ ਜੇ ਪਵਿੱਤਰ ਆਤਮਾ ਦਾਸ ਹੋ ਗਿਆ ਤੇਰੇ ਲਈ ਕੰਮ ਕੌਣ ਕਰੇਗਾ ਕੌਣ ਤੇਰੇ ਲਈ ਕੰਮ ਕਰੇਗਾ ਜੇ ਬਾਈਬਲ ਬਾਈਬਲ ਨੇ ਕਹਿੰਦੀ ਸਭ ਪਵਿੱਤਰ ਆਤਮਾ ਨੂੰ ਸ਼ੁਕਰ ਕਰ ਦੋਗੇ ਬਾਈਬਲ ਕਹਿੰਦੀ ਰੋਮੇ ਦਾ ਖਤ 8 ਤੋਂ ਦੀ ਛਪੀ ਹੈ ਕੌਣ ਕੌਣ ਪਰਮੇਸ਼ਵਰ ਦੇ ਤਰਾ ਮੈਸੇਜ ਲੈ ਕੇ ਜਾਏਗਾ ਮੇਰੇ ਪੈਰ ਪ੍ਰੋ ਧਿਆਨ ਨਾਲ ਸੁਣੋ ਮੇਰੇ ਪਾਕ ਨੂੰ ਪਾਹੇ ਨੂੰ ਕੰਪੇ ਨੂੰ ਕਹਿੰਦੇ ਹਨ ਪਵਿੱਤਰ ਆਤਮਾ ਕੀ ਕਰੇਗਾ ਰੋਮੇ 8 ਪੜੀ ਕੇ ਲਿਖਿਆ ਇਨਸਾਨ ਦਾ ਪਾਪ ਕਰੇਗਾ ਪਰਮੇਸ਼ਵਰ ਦਾ ਨਿਆਂ ਇਸ ਤਰ੍ਹਾਂ ਜੇ ਕੋਈ ਯਹੋਵਾ ਦਾ ਪਾਪ ਕਰੇਗਾ ਫਿਰ ਸਪਰਸ਼ ਕੌਣ ਕਰੇਗਾ ਇਸ ਤਰ੍ਹਾਂ ਲਿਖਿਆ ਰੋਮੇ 8 ਵਿੱਚ ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਜੇ ਪਵਿੱਤਰ ਆਤਮਾ ਨਹੀਂ ਪੁੱਜਿਆ ਤੁਹਾਡਾ ਹਲੇ ਤੱਕ ਉਹਦੇ ਵਿੱਚ ਚਾਹਦੇ ਹੋ ਗੁੱਟੇ ਤਿਆਗ ਕੇ ਬੈਠੋਗੇ ਤੇ ਪਵਿੱਤਰ ਆਤਮਾ ਤੁਹਾਡੀ ਕਮਜ਼ੋਰੀ ਵਿੱਚ ਦੁਰਬਲਤਾ ਦਾ ਮਤਲਬ ਜੇ ਤੁਸੀਂ ਵੀਕ ਹੋਗਾ ਕਿ ਜਗ੍ਹਾ ਤੇ ਤੇਰੀ ਕਮਜ਼ੋਰੀ ਵਿੱਚ ਤੇਰੀ ਕੀ ਕਰੇਗਾ ਸਹਾਇਤਾ ਤੇਰੀ ਸਹਾਇਤਾ ਕਰੇਗਾ ਪਵਿੱਤਰ ਆਤਮਾ ਔਰ ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਮੈਨੂੰ ਕੀ ਚਾਹੀਦਾ ਅੱਲੇ ਨੇੜੇ ਪਾਸ਼ਾ ਤੇ ਪ੍ਰਾਰਥਨਾ ਕਰੋਗੇ ਤੇ ਪਵਿੱਤਰ ਆਤਮਾ ਪਿਤਾ ਦੇ ਅੱਗੇ ਬੇਨਤੀ ਕਰੇਗਾ ਮੇਰੀ ਇਸ ਫੈਮਿਲੀ ਨੂੰ ਮੇਰੇ ਇਸ ਬੇਟੇ ਨੂੰ ਮੇਰੀ ਇਸ ਬੇਟੀ ਨੂੰ ਇਸ ਘਰ ਨੂੰ ਇਸ ਚੀਜ਼ ਦੀ ਕੀ ਆ ਜ਼ਰੂਰਤ ਸੁਣੀਏ ਅੰਨੇ ਪਾਸ਼ਾ ਪਾਣੀ ਕਿਉਂ ਜ਼ਰੂਰੀ ਹੈ ਅੰਨੇ ਪਾਸ਼ਾ ਅੰਨੇ ਪਾਸ਼ਾ ਇਸ ਕਰਕੇ ਪਾਣੀ ਜ਼ਰੂਰੀ ਆ ਕਿਉਂਕਿ ਬਾਅਦ ਚ ਲਿਖਿਆ ਤੇ ਅੰਨੇ ਪਾਸ਼ਾ ਮੈਂ ਪ੍ਰਾਰਥਨਾ ਕਰਦਾ ਉਹ ਕਿਸੇ ਮਨੁੱਸ਼ ਤੇ ਨਹੀਂ ਉਹ ਪਰਮੇਸ਼ਰ ਨਾਲ ਗੱਲਾਂ ਕਰਦਾ ਇਸ ਤਰ੍ਹਾਂ ਹੀ ਕਿੱਥੇ ਖਾਤੇ ਪਾਪ ਉੱਪਰ ਲਿਖਿਆ ਇਹੀ ਗੱਲ ਲਿਖਿਆ ਕਿ ਦੁਰਬਲਤਾ ਇਹ ਫਿਰ ਬੜੀ ਸੱਚ ਨੂੰ ਲਿਖਿਆ ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾ ਵਿੱਚ ਸਾਡੀ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ ਸਾਡੀ ਸਹਾਇਤਾ ਕਰਦਾ ਔਰ ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਕਿਉਂਕਿ ਕਿਸ ਵਸਤੂ ਕੇ ਲਈ ਹਮੇ ਪ੍ਰਾਰਥਨਾ ਕਰਨੀ ਚਾਹੀਏ ਅਸੀਂ ਨਹੀਂ ਜਾਣਦੇ ਹਮ ਨਹੀਂ ਜਾਣਦੇ ਪਰ ਆਤਮਾ ਆਪ ਅਕਤ ਹੋਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ ਪਵਿੱਤਰ ਆਤਮਾ ਹੋਕੇ ਭਰ ਭਰ ਕੇ ਕੀ ਕਰੇਗਾ ਪਿਤਾ ਦੇ ਕੇ ਸਿਫਾਰਿਸ਼ ਕਰੇਗਾ ਮੇਰੀ ਬੇਟੀ ਨੂੰ ਹਿਲ ਕਰ ਇਹਦੀ ਪ੍ਰੋਬਲਮ ਠੀਕ ਕਰ ਕੌਣ ਸਿਫਾਰਿਸ਼ ਕਰੇ ਮਨੁੱਖ ਮਨੁੱਖ ਦਾ ਪਾਪ ਕਰੇ ਤੇ ਯਹੋਵਾ ਲੈ ਕੇ ਜੇ ਕੋਈ ਯਹੋਵਾ ਦਾ ਪਾਪ ਕਰੇ ਤੇ ਤੇਰੀ ਸਿਫਾਰਿਸ਼ ਕੌਣ ਕਰੇਗਾ ਕੌਣ ਕਰੇਗਾ ਪਤਾ ਤੇ ਪਵਿੱਤਰ ਆਤਮਾ ਨੂੰ ਨਸਤਾਰੇ ਦੇ ਦਿਨ ਜਿਹੜੀ ਤੁਹਾਡੇ ਤੇ ਮੋਹਰ ਲੱਗੀ ਹੋਈ ਆ ਲਿਖਿਆ ਉਹਨੂੰ ਸ਼ੋਕਤ ਨਾ ਕਰੋ ਸ਼ੋਕਿਤ ਕਰ ਕੀਤਾ ਗਿਆ ਸਰਾਂ ਨੇ ਕੀਤਾ ਲਿਖਿਆ ਪਰਮੇਸ਼ਰ ਦਾ ਆਤਮਾ ਉਹਦੇ ਖਿਲਾਫ ਗ੍ਰੰਥ ਉਲਟਾ ਵਰਗੀ ਬਣ ਗਿਆ ਉਹਦਾ ਮੇਰੀ ਸਮਝ ਆ ਰਹੀ ਤੁਹਾਨੂੰ ਬੋਲੀਏ ਨਵੇਂ ਨੂੰ ਕੀ ਪਤਾ ਕੀ ਹੈ ਪੁੱਤਰ ਆਪ ਸੁਣੀਏ ਜਿਸ ਸ਼ਕਤੀ ਨਾਲ ਹੀਲਿੰਗ ਹੁੰਦੀ ਜਿਹੜੀ ਸ਼ਕਤੀ ਨਾਲ ਲੰਗੜਾ ਚੱਲਦਾ ਜਿਹਦੇ ਨਾਲ ਉਹਨੇ ਦੀਆਂ ਅੱਖਾਂ ਖੋਲਦੀਆਂ ਬਹਿਰਾ ਸੁਣਦਾ ਉਹ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਇਨਸਾਨ ਕਰ ਨਹੀਂ ਸਕਦਾ ਅਸੀਂ ਕਿਹੜੀ ਕਹਿੰਦੇ ਨਾ ਬਹੁਤ ਤਗੜਾ ਪਾਦਰੀ ਆਇਆ ਅੱਜ ਤੱਕ ਕੋਈ ਪਾਦਰੀ ਤਗੜਾ ਨਾ ਹੋਇਆ ਤੇ ਨਾ ਕਦੀ ਹੋਊਗਾ ਕਦੀ ਇੱਕੋ ਤਗੜਾ ਆਇਆ ਬੋਲੋ ਕੌਣ ਯਿਸੂ ਜੀ ਹੋਲੀ ਸਪਿਰਿਟ ਤੋਂ ਬਿਨਾਂ ਕੋਈ ਕੰਮ ਪਰ ਹੋਲੀ ਸਪਿਰਿਟ ਵਿੱਚ ਰਹਿਣਾ ਪਊਗਾ ਅਸੀਂ ਇਹ ਕਹਿ ਸਕਦੇ ਹਾਂ ਜਿਹੜਾ ਵਿਅਕਤੀ ਹੋਲੀ ਸਪਿਰਿਟ ਦੇ ਵਿੱਚ ਰਹਿ ਕੇ ਆਪਣਾ ਜੀਵਨ ਜੀਤ ਕਰਦਾ ਅਸੀਂ ਉਹਨੂੰ ਕਹਿ ਦੇਖ ਚੈੱਕ ਕਰ ਲਿਆ ਆਪਦੀ ਪਵਿੱਤਰ ਆਤਮਾ ਚ ਰਹਿ ਕੇ ਜੀਤ ਕਰਦਾ
ਉਹਦੇ ਪ੍ਰਚਾਰ 'ਚ ਵੀ ਆਨੰਦ ਆ, ਉਹ ਜਿਹੜੇ ਪ੍ਰੇਅਰ ਕਰਦੇ ਸ਼ੈਤਾਨ ਚਲਾ ਹੁੰਦਾ, ਅਸੀਂ ਕਹਿ ਸਕਦੇ ਹਾਂ ਉਹਦੀ ਸੇਵਕਾ 'ਚ ਬੜੀ ਹੀਲਿੰਗ ਹੁੰਦੀ ਆ। ਪਤਾ ਕਿਉਂ? ਉਸ ਪਾਸਪਾ ਦੁਆਰਾ ਨਹੀਂ, ਕਿਉਂਕਿ ਉਹਨੇ ਪਵਿੱਤਰ ਆਤਮਾ ਨੂੰ ਨਿਰਾਸ਼ ਨਹੀਂ ਕੀਤਾ ਹੈ। ਉਹਨੇ ਪਵਿੱਤਰ ਆਤਮਾ ਨੂੰ ਕੀ ਆ, ਆਪਣੇ 'ਚ ਬਣੇ ਰਹਿਣ ਵਾਸਤੇ ਉਹਦੇ ਅਧੀਨ ਰਹਿ ਕੇ ਆਪਣਾ ਜ਼ਿੰਦਗੀ ਕਰ ਰਿਹਾ, ਬਤੀਤ ਕਰ ਰਿਹਾ। ਉਹ ਜਿਹੜੀਆਂ ਰੱਬ ਦੀਆਂ ਪੇਟੀਆਂ ਵੀ ਇਸਤੇਮਾਲ ਕੀਤੀਆਂ ਗਈਆਂ ਨਾ, ਕੈਥਰੀਨ ਕੁਲਮਨ ਵਰਗੀਆਂ, ਉਹ ਇੱਦਾਂ ਇਸਤੇਮਾਲ ਕੀਤੀਆਂ ਗਈਆਂ। ਬਹੁਤਿਆਂ ਦੇ ਨਾਮ ਲੇਡੀਜ਼ ਦੇ ਉੱਪਰ ਆਏ ਜਿਹੜੇ ਸ਼ੁੱਧਤਾ ਮੈਂ ਸਾਮਰਥ ਤਾਪ ਪੜ੍ਹਦੇ ਨਾ ਆਪਾਂ, ਉਹ 'ਚ ਬਹੁਤ ਜ਼ਿਕਰ ਆਇਆ ਕਿੱਥੇ ਕਿੱਥੇ ਕਿਹੜੀ ਕਿਹੜੀ ਔਰਤਾਂ ਨੇ ਹੀਲਿੰਗ ਕੀਤੀ, ਭਵਿਸ਼ਵਾਣੀਆਂ ਕੀਤੀਆਂ, ਦਰਸ਼ਨ ਦੇਖੇ, ਰੋਇਆ ਦੇਖਿਆ। ਪੰਜਾਬ 'ਚ ਸਾਡੇ ਨਹੀਂ ਦੇਖਦੇ, ਸਾਡੇ ਪੰਜਾਬ ਦੀਆਂ ਕਲੀਸਿਆਂ ਦੀਆਂ ਔਰਤਾਂ ਨਹੀਂ ਦੇਖਦੀਆਂ। ਬੋਲੋ, ਸਾਡੇ ਇੰਡੀਅਨ ਚਰਚਾਂ ਦੇ ਵਿੱਚ ਔਰਤਾਂ ਦਰਸ਼ਨ ਦੁਰਸ਼ਨ ਨਹੀਂ ਦੇਖਦੀਆਂ, ਪਰ ਕੇਰਲਾ ਦੇ ਅੰਦਰ, ਆਂਧਰਾ ਦੇ ਅੰਦਰ ਇਹੋ ਜਿਹੇ ਲੋਕ ਹੈਗੇ ਆ। ਇੱਕ ਲੇਡੀ ਇੱਕ ਵਾਰੀ ਆਈ ਕੇਰਲ ਆਂਧਰਾ ਪ੍ਰਦੇਸ਼ ਤੋਂ, ਮੈਨੂੰ ਪਾਸਟਰ ਜੀ ਕਹਿੰਦੇ ਕਿ ਮੇਰੇ ਨਾਲ ਚੱਲੋ। ਮੈਨੂੰ ਉਹਨੇ ਬੁਲਾਇਆ, ਮਹਾਰਾਜਾ ਗਾਰਡਨ ਸ਼ਹਿਰ ਗਏ। ਮੈਂ ਉਸ ਰਾਤ ਉੱਥੇ ਬੈਠਾ ਸੀ, ਉਹਨੇ ਉੱਠ ਕੇ ਆਲਰੇਡੀ ਬਸ਼ਕਤਾ ਸੀ, ਉਹਨੇ ਮੇਰੇ ਵੱਲ ਨੂੰ ਇਸ਼ਾਰਾ ਕਰਕੇ ਮੈਨੂੰ ਉਹਨੇ ਮੇਰੇ ਵਾਸਤੇ ਬਹੁਸ਼ਵਾਣੀ ਕੀਤੀ। ਝੂਠੀ ਨਹੀਂ, ਝੂਠੀ ਨਹੀਂ ਸੱਚੀ, ਕਿਉਂਕਿ ਝੂਠਿਆਂ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਪੜ੍ਹ ਲੈਂਦਾ। ਐਕੋਰੇਟ ਉਹਨੇ ਜਿਹੜੀ ਗੱਲ ਮੈਨੂੰ ਕਹੀ ਨਾ, ਉਹ ਗੱਲ ਪਹਿਲਾਂ ਮੈਨੂੰ ਚਾਰਡ ਪਹਿਲਾਂ ਅੱਛਾ ਲੱਗਾ, ਅੱਛਾ ਕਰਕੇ ਲੱਗਾ ਕਿ ਚਾਹੀਦਾ। ਬਾਈਬਲ 'ਚ ਲਿਖਿਆ, ਓਲਡ ਟੈਸਟਾਮੈਂਟ ਪੜ੍ਹੋਗੇ, ਹਾਂਜੀ, ਬੜੇ ਬੜੇ ਰਾਜਾ ਲੋਕ ਵੀ ਔਰਤਾਂ ਕੋਲ ਪੁੱਛਣ ਆਉਂਦੇ ਸੀ, ਦਬੋਰਾ ਵਰਗੀਆਂ, ਖੁਲਦਾ, ਦਬੋਰਾ ਤਾਂ ਬਹੁਤ ਜਾਣਦੇ ਲੋਕ, ਖੁਲਦਾ ਨਾਮ ਦੀ ਇੱਕ ਲੇਡੀ ਆ, ਉਹਨੂੰ ਬੜੇ ਬੜੇ ਰਾਜਾ ਪੁੱਛਣ ਆਉਂਦੇ ਸੀ, ਅਸੀਂ ਇਹ ਕੰਮ ਕਰੀਏ ਕਿ ਨਾ ਕਰੀਏ। ਮੈਂ ਦੱਸਦਾ, ਇੱਥੇ ਵੀ ਸਾਡੇ ਕੈਵਲੇ ਪਿੰਡ 'ਚ ਕੁੜੀ ਸੀ, ਉਹਨੂੰ ਵੀ ਲੋਕ ਉਹਦੇ ਪਿੰਡ ਦੇ ਪੁੱਛਣ ਆਉਂਦੇ ਸੀ, 16-17 ਸਾਲ ਦੀ ਸੀ, ਉਹਨੂੰ ਵੀ ਪੁੱਛਣ ਖਾਂਦੇ ਸੀ ਕਿ ਅਸੀਂ ਪਾਸਪੋਰਟ ਲਾ ਦੀ, ਸਾਨੂੰ ਦੱਸੋਗੇ ਸਾਡੇ ਪ੍ਰੋਸੈਸ। ਉਹ ਖੁਦਾ ਕੋ ਚਾਹ ਪੀਂਦੇ ਪੀਂਦੇ ਮੈਸੇਜ ਲੈ ਕੇ ਆਉਂਦੇ। ਪਤਾ ਇਹ ਕੌਣ ਕੌਣ ਮੈਸੇਜ ਲੈ ਕੇ ਆਉਂਦਾ? ਜਿਹਨੇ ਪਵਿੱਤਰ ਆਤਮਾ ਨੂੰ ਸ਼ੁਕਰ ਤੇਰੇ ਜ਼ਿਆਦਾ ਸਮਾਂ ਉਹ ਪਰਮੇਸ਼ਰ ਨਾਲ ਗੁਜ਼ਾਰਨ ਲਈ ਬੀਤੀ ਸੀ, ਰੱਬ ਦੀ 5-6 ਘੰਟੇ, ਤੁਸੀਂ ਤਾਂ 15-20 ਮਿੰਟ ਇੱਧਰੋਂ ਮੈਂ ਦੇਖਿਆ ਨਾ ਪ੍ਰੇਅਰ ਕਰਦੇ ਕਰਦੇ, ਇਹਦੇ 'ਚ ਇੱਕ ਵਾਰੀ ਪ੍ਰੇਅਰ ਚੱਲਦੀ ਆ ਸੈਚਰਡੇ ਵੀ ਸ਼ਾਮ ਨੂੰ ਵੀ, ਅਤੇ ਇੱਥੇ ਬੈਠੇ ਤੋਂ ਭੈਣ ਪਿੱਛੇ ਦੇਖੋਗੇ ਮੇਰਾ ਬੱਚਾ ਠੀਕ ਹੈ, ਖੇਡਦਾ ਪਿਆ ਕਿ ਨਹੀਂ, ਪ੍ਰੇਅਰ ਦੇ ਵਿੱਚ ਦੇਖਦੀ, ਦੇਖਣਾ ਤੇ ਦਰਸ਼ਨ ਦੇਖ, ਉਹਨੂੰ ਆਪੇ ਖੁਦਾ ਦੇ ਖੇਡ ਦੇ ਵਿੱਚ ਸੰਭਾਲਣਾ। ਇੱਥੇ ਪਿੱਛੇ ਦੇਖਦੇ ਲੋਕ ਪਿੱਛੇ ਬੋਲ, ਹੈਂਜੀ, ਇਹਨੂੰ ਖਿਆਲ ਰੱਖੀਏ। ਇਹ ਰਿਸ਼ਤੇ ਦੇ ਨਾਲ ਰਿਸ਼ਤੇ ਕਿੰਨਾ ਪਰਮੇਸ਼ੁਰ ਦੇ ਆਸਮਾਨ 'ਚ ਮਸਲੂਮ ਹੋ ਗਏ ਤੁਸੀਂ, ਜਿੰਨਾ ਤੁਸੀਂ ਮਸਲੂਮ ਹੋ ਗਿਆ ਉਹਦੇ ਵਿੱਚ ਮਸਲੂਮ ਹੋ ਕੇ ਦੁਆ ਦੋਗੇ ਇੱਕੋ ਜੋਗੇ ਦੇ ਵਿੱਚ, ਫਿਰ ਤੁਸੀਂ ਉਹਦਾ ਜਲਾਲ ਕੀ ਹੈ ਪੁੱਤਰ ਤਾਂ ਦੇਖੋ। ਇਸ ਕਰਕੇ ਮੈਂ ਮਸੀਹ ਵਿੱਚ ਤੁਹਾਨੂੰ ਬੇਨਤੀ ਕਰ ਰਿਹਾ ਕਿ ਪਵਿੱਤਰ ਆਤਮਾ ਨੂੰ ਸ਼ੋਕਿਤ ਨਾ ਕਰੋ, ਕਿਉਂਕਿ ਨਿਸਤਾਰੇ ਦੇ ਦਿਨ, ਛੁਟਕਾਰੇ ਦੇ ਦਿਨ ਇਹੀ ਪਵਿੱਤਰ ਆਤਮਾ ਤੇ ਮੁਰਦਿਆਂ ਦੇ ਦਿਨ ਕੀ ਕਰੇਗਾ, ਜਲਾਏ। ਜਿਸ ਪਵਿੱਤਰ ਆਤਮਾ ਨੇ ਯਸੂ ਸਿਰ ਮੁਰਦਿਆਂ ਤੋਂ ਜਵਾਲਿਆ, ਹਨਾ, ਆਪਾਂ ਕਹਿੰਦੇ ਨਾ ਯਸੂ ਸਿਰ ਮੁਰਦਿਆਂ ਤੋਂ ਕੀ ਆ, ਹੁਣ ਆ ਗਏ ਗੁੱਡ ਫਰੈਂਡ ਸਿਸਟਰਸ, ਬੜੇ ਬੜੇ ਮੈਸੇਜ ਪ੍ਰਚਾਰ ਹੋਣੇ, ਯਸੂ ਸਿਰ ਮੁਰਦਿਆਂ ਤੋਂ ਜੀ ਉੱਠਿਆ, ਉਹ ਜੀ ਉੱਠਿਆ। ਆਪਣਾ ਖਿਆਲ ਕਰ, ਉਹਨੂੰ ਤਾਂ ਪਵਿੱਤਰ ਆਤਮਾ ਨੇ ਜਵਾਲਿਆ, ਇੱਦਾਂ ਯੋਹੰਨਾ ਨੇ ਜੀ ਲਿਖਿਆ, ਤੈਨੂੰ ਕੌਣ ਜਲਾਏਗਾ, ਤੇਰੇ ਕੰਮ ਇੰਨੇ ਪਵਿੱਤਰ ਆਤਮਾ ਪਾਉਣ ਤੋਂ ਬਾਅਦ ਗੰਦੇ ਹੋ ਗਏ ਆ, ਤੂੰ ਜਿੱਦਣ ਮਰੇਗਾ ਤੈਨੂੰ ਕੌਣ ਜਲਾਏਗਾ, ਕਿਉਂਕਿ ਤੂੰ ਪਵਿੱਤਰ ਆਤਮਾ ਨੂੰ ਕੀ ਕਰ ਦਿੱਤਾ ਹੈ, ਸ਼ੋਕਿਤ ਕਰ ਦਿੱਤਾ ਆ। ਜਿਹੜੀ ਚੀਜ਼ ਸ਼ੋਕਿਤ ਹੋ ਜਾਏ ਉਹ ਫਿਰ ਕਦੀ ਕਿਸੇ ਨੂੰ ਕੁਛ ਕਰ ਨਹੀਂ। ਮੇਰੇ ਭੈਣ ਭਰਾਓ, ਬਾਈਬਲ 'ਚ ਲਿਖਿਆ ਪਵਿੱਤਰ ਆਤਮਾ, ਉਹਨੇ ਆਖ ਜਿਹੜੀ 26 ਆਇਆ, ਹਿੰਦੀ ਕਿਹਨੂੰ ਮੈਂ ਫਿਰ ਪੜ੍ਹਨਾ, ਮੈਂ ਦੱਸਣਾ ਚਾਹੁੰਦਾ ਪਵਿੱਤਰ ਆਤਮਾ ਜਿਹੜਾ ਆ, ਜੇ ਤੁਸੀਂ ਲੰਬਾ ਟਾਈਮ ਪ੍ਰੇਅਰ ਕਰੋਗੇ, ਤੁਹਾਡੀ ਅੱਖਾਂ 'ਚ ਅੱਥੂ ਆ ਕੇ ਖੁਦਾ ਦੇ ਅੱਗੇ ਪਵਿੱਤਰ ਆਤਮਾ ਨੂੰ ਰੋ ਕੇ ਬੇਨਤੀ ਕਰੇਗਾ, ਆਤਮਾ ਤੋਂ ਟੁੱਟ ਟੁੱਟ ਕੇ ਪ੍ਰੇਅਰ ਕਰੇਗਾ, ਅੰਦਰ ਰੋਏਗਾ। ਅਸਲੀ ਅਭਿਸ਼ੇਕ ਵਿੱਚ ਰਹਿਣ ਵਾਲੀ ਆਤਮਾ 'ਚ ਦੁਆ ਕਰੇ, ਉਹਨੇ ਆਤਮਾ ਨੂੰ ਬੁਝਾਇਆ ਨਹੀਂ। ਬਹੁਤ ਲੋਕਾਂ ਦੀ ਇਹਨਾਂ ਦੇ ਪ੍ਰੇਅਰ ਕਰਦੇ, ਉਹਨਾਂ ਦਾ ਦਿਲ ਨਹੀਂ ਟੁੱਟਦਾ। ਪਤਾ ਕਿਉਂ? ਕਿਉਂਕਿ ਪਵਿੱਤਰ ਆਤਮਾ ਬੁਝਿਆ ਹੋਇਆ ਹੈ। ਵਰਤ ਰੱਖੀਏ, ਬੇਨਤੀ ਕਰੀਏ, ਪ੍ਰਭੂ ਮੇਰੇ ਅੱਥਰੂ ਇਸੇ ਕਰਕੇ ਦੇ ਦੇ, ਕਿਉਂਕਿ ਮੈਂ ਤੇਰੇ ਪਵਿੱਤਰ ਆਤਮਾ ਨੂੰ ਕੀ ਕਰਦਾ ਹੋਇਆ, ਬੁਝਾ ਦਿੱਤਾ।
ਮੈਂ ਪਾਕ ਗੁਰੂ ਪਾਏ ਲੋਕਾਂ ਨੂੰ ਗੱਲ ਕਰਾਂ ਜਿਹੜੇ ਪੁੱਛਣਾ ਮੈਂ ਪਾਇਆ ਤੇਰੇ ਇਸੇ ਲਈ ਖੁਦਾ ਦੇ ਸਾਹਮਣੇ ਤੇਰਾ ਦਿਲ ਨਹੀਂ ਟੁੱਟਦਾ, ਇਸੇ ਲਈ ਕਿਸੇ ਬਿਮਾਰ ਨੂੰ ਦੇਖ ਕੇ ਸਾਡੇ ਅੰਦਰ ਤਰਸ ਨਹੀਂ ਆਉਂਦਾ, ਕਿਸੇ ਦਾ ਦੁੱਖ ਸੁਣ ਕੇ ਸਾਨੂੰ ਦੁੱਖ ਨਹੀਂ ਆਉਂਦਾ, ਇਸੇ ਲਈ ਨਹੀਂ ਆਉਂਦਾ ਕਿਉਂਕਿ ਮੇਰੇ ਅੰਦਰ ਪਵਿੱਤਰ ਆਤਮਾ ਕੀ ਹੋ ਚੁੱਕਾ ਹੈ, ਸ਼ੁਕਤ ਹੋ ਚੁੱਕਾ, ਕਹਿ ਲਓ ਕਿ ਜਿਹੜਾ ਚਿਰਾਗ ਜਾਂਦਾ ਸੀ ਕੀ ਹੋ ਚੁੱਕਾ ਹੈ, ਬੁੱਝ ਚੁੱਕਾ ਹੈ, ਜਿਹੜਾ ਆਪ ਬੁੱਝਾ ਹੈ ਕਿਸੇ ਨੂੰ ਕੀ ਜੋਤੀ ਦੇ, ਇਹਨੂੰ ਖਿਆਲ ਨਾ ਸੁਣ, ਪਵਿੱਤਰ ਆਤਮਾ ਨੂੰ ਸ਼ੁਕਤ ਨਾ ਕਰੀਏ, ਉਹਨੂੰ ਨਾ ਵਜਾਈਏ ਜਿਵੇਂ ਇਸਰਾਇਲ ਨੇ ਵਜਾਇਆ, ਓਲਡ ਟੈਸਟਮੈਂਟ ਜਿਵੇਂ ਇਸਰਾਇਲ ਨਿਕਲ ਕੇ ਆਏ, ਬਾਈਬਲ ਕਹਿੰਦੀ ਉਹਨੇ ਪਵਿੱਤਰ ਆਤਮਾ ਕੀ ਕਰ ਦਿੱਤਾ, ਉਹ ਦਾਸ ਕੀਤਾ, ਉਲਟਾ ਪਵਿੱਤਰ ਆਤਮਾ ਉਹਨਾਂ ਦਾ ਕੀ ਹੋ ਗਿਆ, ਨਾ ਵਜਾਈਏ ਪਰਮੇਸ਼ਰ ਦੀ ਆਗਿਆ ਮਿਲ ਕਰੀਏ, ਫਿਰ ਅਸੀਂ ਕਹਿ ਸਕਦੇ ਹੋ ਬੜਾ ਗੀਤ ਗੱਲ, ਤੇਰੇ ਜਿਤਨੇ ਰੁਕੇ ਕਾਂ ਹੋ ਜਾਏਂਗੇ, ਮੇਰਾ ਯੇਸੂ ਮਸੂਦ ਹੈ, ਉਸਕੀ ਮਹਿਮਾ ਕਰੋ ਸੰਗਲ ਟੁੱਟ ਜਾਏਂਗੇ, ਉਸਕੀ ਮਹਿਮਾ ਕਰੋ ਜੀਵਨ ਬਤੀਤ ਕਰਨਾ, ਉਹਦੇ ਵਾਸਤੇ ਵਿਚਾਰ ਕਰੋ ਕਿ ਕਦ ਤੱਕ, ਜਦ ਤੱਕ ਮੈਂ ਜੀਣਾ ਤਦ ਤੱਕ ਉਹ ਚ ਰਹਿ ਕੇ ਜੀਵਨ ਕਰਨਾ, ਜੇ ਚਾਹੁੰਦੇ ਕਿ ਸੰਸਾਰ ਦੇ ਲੋਕ ਸਾਡਾ ਪੰਜਾਬ ਵੀ ਪੂਰਾ ਨਸ਼ੇ ਦੇ ਨਾਲ ਜਕੜਿਆ ਫਿਰਦਾ ਹੈ, ਕਿੰਨੇ ਲੋਕ ਮੈਨੂੰ ਫੋਨ ਕਰਦੇ ਹੀ ਆ, ਰੋਜ਼ ਫੋਨ ਆਉਂਦੇ, ਰੋਜ਼ ਆਉਂਦੇ ਰਹਿੰਦੇ, ਰੋ ਰੋ ਕੇ ਪਰਿਵਾਰ ਦੇ ਜੀ ਬੇਨਤੀ ਕਰਦੇ, ਮੇਰਾ ਹਸਬੈਂਡ ਭਾਜੀ ਬਹੁਤ ਨਸ਼ਾ ਕਰਦੇ, ਹੁਣ ਤਾਂ ਪਹਿਲਾਂ ਕੁਛ ਵੀ ਚਾਹੁੰਦਾ ਤਾਂ ਚਿੱਟਾ ਵੀ ਪੀਂਦਾ, ਪਤਾ ਨਹੀਂ ਕਿੱਥੋਂ ਕਿੱਥੋਂ ਪੀਂਦੇ, ਫੋਨ ਆਉਂਦੇ ਬੇਟਾ ਚਿੱਟਾ ਪੀਂਦਾ, ਪਿਆਰ ਹੁੰਦਾ ਇਹਦਾ ਰੋਜ਼ ਫੋਨ ਆਉਂਦਾ, ਪਰ ਇੰਨੇ ਵਿਸ਼ਵਾਸੀ ਆ ਸਾਡੇ ਸ਼ਹਿਰ ਦੇ ਅੰਦਰ, ਪਰ ਦਰਦ ਨਹੀਂ। ਅਗਰ ਤੁਸੀਂ ਇੱਕ ਬੁੱਕ ਵਾਰੀ ਦਿਨ ਪੜ੍ਹਿਆ ਪਰਮੇਸ਼ਰ ਦੇ ਜਨ ਬਾਰੇ, 17 ਸਾਲ ਦੀ ਉਮਰ ਦਾ ਇੱਕ ਪਰਮੇਸ਼ਰ ਦਾ ਬੱਚਾ ਬਾਜ਼ਾਰ 'ਚ ਆਪਣੀ ਮਾਂ ਨਾਲ ਜਾ ਰਿਹਾ ਅਤੇ ਚੜ੍ਹ ਜਾਂਦਾ ਹੁੰਦਾ ਸੀ, ਉਹਨਾਂ ਦੇ ਵਿੱਚ ਆਤਮਾ ਵੀ ਸੀ, ਸ਼ਾਇਦ ਉਹਨਾਂ ਨੂੰ ਵਿਘਨ ਸਿਮਰਤ ਕਰਕੇ ਨਾਮ ਆਉਂਦਾ, ਉਹਨੇ ਜਨਤਾ ਨੂੰ ਜੇ ਸੜਕਾਂ 'ਤੇ ਵੇਖਿਆ ਅਤੇ ਉਹਦਾ ਆਤਮਾ ਫੁੱਟ ਫੁੱਟ ਕੇ ਰੋਇਆ, ਉਹਦੀ ਮਾਂ ਨੇ ਪੁੱਛਿਆ ਤੂੰ ਕਿਉਂ ਰੋਣਾ ਵੀ ਸਿਮਰ, ਕਹਿੰਦਾ ਮਾਂ ਇਹ ਬਿਨਾਂ ਪਰਮੇਸ਼ਰ ਤੋਂ ਬਿਨਾਂ ਉਧਾਰ ਤੋਂ ਮਰ ਗਿਆ। 17 ਸਾਲ ਦੇ ਬੱਚੇ ਦੇ ਅੰਦਰ ਲੋਕਾਂ ਦੀ ਭੁੱਖ ਪਿਆਸ ਆ, ਅੰਦਰ ਦਰਦ ਦੇ ਅੰਦਰ ਲੋਕਾਂ ਨੇ, ਹੁਣ ਤਾਂ ਚਿੱਟੇ ਵਾਲ ਵੀ ਆ ਗਏ, ਪਾਕਰੂ ਭਾਈ 10-10 ਸਾਲ ਹੋ ਗਏ, ਕਦੀ ਤਰਸ ਨਹੀਂ ਆਉਂਦਾ ਸੜਕ 'ਤੇ ਜਾਂਦੇ, ਕੋਈ ਮਰ ਰਿਹਾ, ਕੋਈ ਜੰਮੇ, ਕਿਸੇ ਵਿਸ਼ਵਾਸੀ ਨੂੰ ਕੋਈ ਮਤਲਬ, ਕੋਈ ਮਤਲਬ ਥੋੜ੍ਹੀ, ਵਿਸ਼ਵਾਸੀ ਨੂੰ ਸਿਰਫ ਆਪਣੇ ਤੱਕ ਸੀਮਿਤ ਆ, ਆਪਣੇ ਤੱਕ ਕਹਿੰਦਾ ਹੈ ਮੈਂ ਖੁਦਾ ਦਾ ਬੱਚਾ ਹੈ, ਪਰ ਤੇਰੇ ਅੰਦਰ ਯਸੂ ਦੇ ਗੁਣ ਨਹੀਂ ਕਰਦਾ ਹੈ। ਅਸਲ ਵਿੱਚ ਜਿਹੜਾ ਬੰਦਾ ਨਵੇਂ ਆਤਮਾ 'ਚ ਰੂਹ ਵਿੱਚ ਚੱਲਦਾ, ਉਹਨੂੰ ਸੜਕਾਂ 'ਤੇ ਚੱਲਦੇ ਲੋਕਾਂ 'ਤੇ ਵਿਖਿਆ ਦਿਆ, ਇਹ ਆ ਕਿਉਂਕਿ ਉਹਦੇ ਅੰਦਰ ਪਵਿੱਤਰ ਆਤਮਾ ਦੀ ਅਗਲੀ ਜਾਂਦੀ ਜਵਾਲਾ ਪੁੱਟੀ, ਇਹੀ ਗੱਲ ਦੱਸਣ ਦੀ ਹੈ। 17 ਸਾਲ ਦੀ ਉਮਰ 'ਚ ਯੂਸੁਫ ਦੇ ਉੱਤੇ ਅਭਿਸ਼ੇਕ ਕਰ ਰਿਹਾ ਸੀ ਪਵਿੱਤਰ ਆਤਮਾ ਨੂੰ, ਬਾਈਬਲ ਕਹਿੰਦੀ ਮੁਸ਼ਕਲਾਂ ਆਈਆਂ, ਇੱਕ ਔਰਤ ਨੇ ਉਹਦਾ ਦਿਲ ਆ ਗਿਆ ਉਹਦੇ 'ਤੇ, ਇਹਦਾ ਲਿਖਿਆ ਉਹਦਾ ਦਿਲ ਆ ਗਿਆ, ਯੂਸੁਫ ਕਹਿੰਦਾ ਪਰਮੇਸ਼ਰ ਤੋਂ ਖੂਬਸੂਰਤ ਦੁਨੀਆਂ 'ਚ ਕੋਈ ਹੋ ਹੀ ਨਹੀਂ ਸਕਦਾ, ਮੈਂ ਪਵਿੱਤਰ ਆਤਮਾ ਨੂੰ ਸ਼ੋਕਿਤ ਕਰ ਹੀ ਨਹੀਂ ਸਕਦਾ, ਪਵਿੱਤਰ ਆਤਮਾ ਸ਼ੋਕਿਤ ਨਹੀਂ ਉਹਨੇ ਕੀਤਾ। ਬਾਈਬਲ ਜਿਹੜੇ ਪੜ੍ਹਨ ਵਾਲੇ ਉਹ ਪਤੀ ਪੁੱਤੇ ਲਿਖਿਆ ਉਹਨੇ ਬੜੀ ਕੋਸ਼ਿਸ਼ ਕੀਤੀ ਯੂਸੁਫ ਨੂੰ ਕਰ, ਯੂਸੁਫ ਬਹੁਤ ਖੂਬਸੂਰ ਸੀ, ਇਹਦਾ ਲਿਖਿਆ ਯੂਸੁਫ ਰੂਪਵਤ ਸੀ, ਉਹਨੇ ਕਿਹਾ ਨਹੀਂ ਮੇਰੇ ਪਰਮੇਸ਼ਵਰ ਦਾ ਬਿਹਤਰ ਕੌਣ, ਅਸਲੀ ਇਮਾਨਦਾਰੀ ਫੋਟੋ ਦਿਖਾ ਰਿਹਾ ਮੈਂ ਤੁਹਾਨੂੰ, ਵਿਸ਼ਵਾਸੀ ਲੋਕ ਕਹਿੰਦੇ ਆ ਅਸੀਂ ਵਿਸ਼ਵਾਸੀ,
ਪਰ ਕੋਈ ਯੂਸਫ ਦਾ ਪ੍ਰਚਾਰ ਕੀਤੇ ਰੱਖੇ। ਜੇ ਤੁਸੀਂ ਕੁਛ ਕਰਨਾ ਚਾਹੁੰਦੇ ਸੰਸਾਰ ਵਿੱਚ, ਜਵਾਨ ਬੱਚਿਆਂ ਨੂੰ ਮੈਂ ਕਹਿ ਰਿਹਾ ਤੇ ਯੂਸਫ ਨੂੰ ਪੜ੍ਹੀਏ ਤਾਂ 10 ਚੈਪਟਰ ਪੜ੍ਹੀਏ। ਬਾਈਬਲ ਕੀ ਕਹਿੰਦੀ ਹੈ? ਯੂਸਫ ਉਸ ਔਰਤ ਤੋਂ ਪੱਲਾ ਛੜਾ ਕੇ ਦੌੜ ਗਿਆ। ਮੁਸ਼ਕਲ ਆਈ, ਸਮੱਸਿਆ ਆਈ, ਉਹਨੇ ਤੌਬਤ ਵੀ ਲਾਈ ਕਿ ਇਹਨੇ ਮੇਰੇ ਨਾਲ ਨਜਾਇਜ਼ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਖੁਦਾ ਦਾ ਪੈਰ ਡਰ ਰੱਖਣਾ ਇਨਸਾਨ ਰੱਬ ਤੋਂ ਡਰਦਾ ਹੈ, ਜੇਲ੍ਹ ਚਲਾ ਗਿਆ ਪਰ ਪਾਪ ਤੋਂ ਬਚਿਆ। ਇੱਕ ਦਿਨ ਖੁਦਾ ਨੇ ਉਹਨੂੰ ਮਿਸ਼ਰ ਦਾ ਰਾਜਾ ਬਣਾ ਦਿੱਤਾ। ਜਿਹੜੇ ਲੋਕ ਪਾਪ ਤੋਂ ਅਲੱਗ ਰਹਿੰਦੇ, ਪਵਿੱਤਰ ਆਤਮਾ ਨੂੰ ਸ਼ੋਕਿਤ ਨਹੀਂ ਹੋ ਦਿੰਦੇ, ਉਹਨਾਂ ਲਈ ਖੁਦਾ ਕੰਮ ਕਰਦਾ ਹੈ। ਮਸੀਹ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ, 17 ਸਾਲ ਦੀ ਉਮਰ 'ਚ ਜਿਹੜੇ ਖੁਦਾ ਨੇ ਚੁਣਿਆ, ਜਿਹੜੇ ਮਿਸ਼ਰ 'ਚ ਉਹਨੂੰ ਉਸ ਰਾਣੀ ਦੇ ਘਰ ਪੋਟੀਪੁਰ ਦੇ ਘਰ ਠਹਿਰਿਆ, ਉਸ ਲਈ ਉਹ ਜਵਾਨ ਹੋ ਚੁੱਕਾ ਸੀ। ਬਾਈਬਲ ਕਹਿੰਦੀ ਉਹ ਬਹੁਤ ਬੇਹੱਦ ਖੂਬਸੂਰਤ ਸੀ, ਪੋਟੀਪੁਰ ਦੀ ਵਾਚ ਵੀ ਖੂਬਸੂਰਤ ਸੀ, ਉਹਦਾ ਦਿਲ ਉੱਤੇ ਆ ਗਿਆ। ਮਸੀਹ ਵਿੱਚ ਮੈਂ ਤੁਹਾਨੂੰ ਸੰਦੇਸ਼ ਦੇ ਰਿਹਾ, ਬਾਈਬਲ ਕਹਿੰਦੀ ਜਨਮਿਆ ਕਹਿੰਦਾ ਦਿਲ ਧੋਖੇਬਾਜ਼ ਆ, ਇਹਦੇ 'ਤੇ ਕਦੀ ਵਿਸ਼ਵਾਸ ਨਾ ਕਰੀਓ, ਇਹ ਤਾਂ ਬਹੁਤ ਕੁਛ ਆਉਂਦਾ। ਕਿਉਂਕਿ ਜਿਹੜੀ ਮਤਲਬ ਸੱਤ ਤੁਹਾਨੂੰ ਇਹ ਪੜ੍ਹਾਈਏ ਕਿ ਜਿਹੜੀਆਂ ਦਿਲ ਵਿੱਚ ਬੁਰੇ ਬੁਰੇ ਖਿਆਲ ਹੈ ਜੀ ਲੋਚਦੇ, ਪਰ ਇਹਨਾਂ ਨੂੰ ਥਾਂ ਨਹੀਂ ਦੇਣਾ ਸੀ ਆਪਣੇ ਲੱਗ, ਕਿਉਂਕਿ ਖੁਦਾ ਨੂੰ ਯਾਦ ਰੱਖਣਾ। ਮੈਂ ਯਸੂ ਜੀ ਨੂੰ ਕਬੂਲ ਕੀਤਾ, ਮੇਰੇ ਅੰਦਰ ਹੌਲੀ ਸਪਿਰਿਟ ਆ, ਮੇਰੇ ਅੰਦਰ ਨਵਾਂ ਕੀ ਆ ਦਿਲ ਹੈ ਦਿਲ ਹੈ। ਅਤੇ ਬਾਈਬਲ ਸੁਲੇਮਾਨ ਨੇ ਇੱਕ ਗੱਲ ਕਹੀ, ਇਹ ਪੁੱਤਰ ਯਹੋਵਾ ਚੋਂ ਬੋਲਿਆ ਆਪਣਾ ਦਿਲ ਮੰਨੂ। ਜਿਹੜੇ ਲੋਕ ਪਰਮੇਸ਼ੁਰ ਨੂੰ ਦਿਲ ਦੇ ਦਿੰਦੇ ਆ, ਉਹਦਾ ਦਿਲ ਫਿਰ ਕਦੀ ਹੋਰ ਕਿਤੇ ਨਹੀਂ ਲੱਗਦਾ। ਮੈਨੂੰ ਕਿੰਨੇ ਸਾਲ ਹੋ ਗਏ, ਮੈਨੂੰ 29-30 ਸਾਲ ਹੋ ਗਏ, 30 ਸਾਲ 30 ਸਾਲ ਤੋਂ ਇੱਕੋ ਜਗ੍ਹਾ ਦਿਲ ਟਿਕਿਆ ਹੋਇਆ। ਦਿਲ 'ਤੇ ਵਾਰ ਵੀ ਬਹੁਤ ਹੋਏ, ਦਿਲ ਦੇ ਵਿਚਾਰ ਵੀ ਬਦਲੇ, ਸੋਚਾਂ ਵੀ ਆਈਆਂ, ਦਿਲ ਵਾਲੀਆਂ ਨੇ ਦਿਲ ਖੋਲ੍ਹ ਦੀ ਕੋਸ਼ਿਸ਼ ਵੀ ਕੀਤੀ, ਪਰ ਇਹ ਦਿਲ ਖੁਦਾ ਨੂੰ ਲੱਗਾ ਹੋਇਆ। 30 ਸਾਲ ਹੁਣ ਤਾਂ ਬਜ਼ੁਰਗ ਹੋ ਗਿਆ ਮੈਂ, ਸੁਣੀਏ ਹੁਣ ਤਾਂ ਮੈਂ ਬਜ਼ੁਰਗ ਹੋ ਗਿਆ, ਸਿਰਫ ਵਾਲ ਹੀ ਨਹੀਂ ਕਾਲੇ ਕਰਦਾ, ਜਵਾਨ ਜਦੋਂ ਮਰਜ਼ੀ ਹੋ ਜਾਵਾਂ। ਇੱਕ ਹਾਲੇਲੂਯਾ ਬੋਲੋ। ਕਈ ਲੋਕ ਬਜ਼ੁਰਗ ਹੋਣਾ ਨਹੀਂ ਚਾਹੁੰਦੇ, ਮੈਨੂੰ ਕਹਿੰਦੇ ਪੱਗ ਤਰ ਲਿਆ ਕਰੋ, ਜਿਹਦੀ ਖੂਬਸੂਰਤੀ ਇਹਨਾਂ ਨਾਲ ਹੋਵੇ ਉਹਨਾਂ ਨੂੰ ਕਾਲੇ ਕਰਨ ਦੀ ਲੋੜ, ਕਿਉਂਕਿ ਬਾਈਬਲ ਵਿੱਚ ਲਿਖਿਆ ਚਿੱਟੇ ਵਾਲ, ਬੋਲੋ ਚਿੱਟੇ ਵਾਲ ਆ ਜਾਂਦੇ ਆ, ਬੋਲੋ ਕਿਹੜੇ ਕਿਹੜੇ ਵਾਲ। ਕਈ ਕਹਿੰਦੇ ਮੇਰੇ ਕੋਲ ਤੋਂ ਨਿਕਲ ਗਿਆ, ਮੈਂ ਜੈਬ ਸੀ ਵੀ ਕਰਕੇ ਗਿਆ ਚਿੱਟੇ ਵਾਲਾ। ਸੁਣੀਏ ਇਹ ਆ ਜਾਂਦੇ ਆ, ਸੁਲੇਮਾਨ ਨੇ ਕਿਹਾ ਬਹੁਤਾ ਸੀ, ਹਾਂਜੀ ਬੋਲੋ ਕਿਹੜੇ ਆ ਜਿਹੜੇ ਬੋਲੋ ਜਿਹੜੇ ਜਿਹੜੇ ਕਿਤੇ ਬੋਲਦੇ ਨਹੀਂ, ਹੁਣ ਉਹ ਕਿੱਦਾਂ ਆ ਜਾਂਦੇ। ਹੁਣ ਪਤਾ ਮੈਨੂੰ ਫਿਰ ਕਰਨੇ ਪੈਣੇ, ਸੁਣੀਏ ਗੱਲ, ਇਹਨੂੰ ਖਿਆਲ ਨਾ ਕਰੀਏ, ਖਿਆਲ ਨਾ ਕਰੀਏ। ਇਹ ਹੈ ਸਹੀ ਪਵਿੱਤਰ ਆਤਮਾ ਨੂੰ ਆਪਣੇ ਵਿੱਚ ਕਿਰਪਾ ਨਾ ਬਖਸ਼ ਬਣਾ ਕੇ ਰੱਖੋ। ਬਾਅਦ ਲਿਖਿਆ ਜਿਹੜਾ ਸੁਲੇਮਾਨ ਸੀ, ਸੁਲੇਮਾਨ ਬੁੱਧੀਮਾਨ, ਸੁਲੇਮਾਨ ਇਹ ਵੀ ਇੱਕ ਦਿਨ ਉੜ ਗਿਆ, ਇਹ ਵੀ ਫਿਨਿਸ਼ ਹੋਇਆ। ਦਾਊਦ ਖੁਦਾ ਦਾ ਚੁਣਿਆ ਹੋਇਆ ਜਨ, ਇਹਨੇ ਵੀ ਪੁੱਤਰਾਪਰ ਨੂੰ ਸੰਭਾਲਿਆ, ਪਰ ਜਿਹਨੇ ਇਹ ਗਿਰ ਗਿਆ ਪਾਪ ਦੇ ਵਿੱਚ, ਸੁਣੀਏ ਸ਼ੋਕਿਤ ਕਰਤਾ ਪਾਪ ਨੂੰ, ਇਹਨੇ 51 ਜੂਨ 'ਚ ਇੱਕ ਪ੍ਰੇਮ ਅਫਸਰ ਰੋਂਦਾ। ਜਿਹੜੇ ਤੁਸੀਂ ਇਹਦੀਆਂ ਜ਼ਬੂਰ ਪਹਿਲੇ ਪੜ੍ਹੋਗੇ ਉੱਥੇ ਦੇਖਿਆ ਪੂਰੀ ਪੂਰੀ ਰਾਤ ਵਿਛੋੜੇ 'ਤੇ ਰੋਂਦਾ ਰਿਹਾ, ਚਲਾਕ ਲੱਗਦਾ ਪ੍ਰਭੂ ਮੇਰੇ ਕੋਲ ਪਾਪ ਮਨੁਸ਼ ਆਸੂਆਂ ਦਾ ਰੁਕਦਾ। ਅਤੇ ਜਿਹੜੇ ਆਸੂਆਂ ਦੇ ਨਾਲ ਖੁਦਾ ਦੇ ਸਾਹਮਣੇ ਗਿਰਦੇ ਹਨ, ਪਰਮੇਸ਼ੁਰ ਦਾ ਪੁੱਤਰ ਆਤਮਾ ਫਿਰ ਤੋਂ ਦੁਬਾਰਾ ਉਹਨਾਂ ਦਾ ਵਾਸ ਕਰਦਾ, ਵਰਨਾ ਪਵਿੱਤਰ ਆਤਮਾ ਇੱਕ ਵਾਰੀ ਚਲਾ ਗਿਆ ਮੁੜ ਕੇ ਕਦੀ ਵਾਸ। ਬਾਈਬਲ ਦੀ ਗੱਲ ਆ, ਕਿਹਦੇ ਅੰਦਰ ਵਾਸ ਕਰਦਾ? ਸਿੰਪਲੀ ਪ੍ਰਾਰਥਨਾ ਕਰ, ਦੁਆ ਕਰਦੇ ਜੀ ਮੈਂ ਠੀਕ ਹੋ ਜਾਂਦਾ। ਜਿਹੜੇ ਆਸੂ ਨਾਲ ਪ੍ਰਾਰਥਿਤ ਕਰਦੇ ਹਨ ਉਹਨਾਂ 'ਤੇ ਖੁਦਾ ਜਾ ਆਸੂ। ਦਾਊਦ 51 ਜੂਨ 'ਚ ਬਹੁਤ ਅੱਛਾ ਉਹਨੇ ਅਰਦਾਸ ਕੀਤੀ, ਬੜੀ 51 ਜੂਨ। ਅੱਜ ਮੈਂ ਤੁਹਾਨੂੰ ਪਵਿੱਤਰ ਆਤਮਾ ਦੇ ਉੱਤੇ ਲੈ ਕੇ ਜਾ ਰਿਹਾ ਹਾਂ, ਹੋਰ ਸਪਿਰਿਟ ਉੱਤੇ ਖਿਆਲ ਨਾ ਸੁਣੀ ਮੈਂ ਕਿਹੜੀ ਗੱਲ। ਇਹਨੂੰ ਉਦਾਸ ਨਹੀਂ ਕਰਨਾ, ਅਰਦਾਸ ਕਰੋਗੇ ਤੇ ਅਰਦਾਸ ਕਰੋਗੇ ਤੇ ਸੁਣੀ ਨਹੀਂ ਜਾਣਾ,
ਕੀ ਪੂਜਾ ਜੀ ਦੇਖੀ ਕੀ ਲਿਖਿਆ ਦੇ ਬੋਲੋ ਬੜੀ ਬੜੀ ਪਵਾਲੀ ਪੜੋ ਹੇ ਪਰਮੇਸ਼ਵਰ ਸੁਣੀਏ ਦਾਊਦ ਜੀ ਨੇ ਗਿਰ ਗਿਆ ਪਵਿੱਤਰ ਆਤਮਾ ਚਲਾ ਗਿਆ ਕਹਿੰਦਾ ਹੇ ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ ਮੇਰੇ ਉੱਤੇ ਦਇਆ ਕਰ ਆਪਣੀਆਂ ਰਹਿਮਤਾਂ ਦੀ ਰੇਲ ਪੇਲ ਅਨੁਸਾਰ ਆਪਣੀਆਂ ਰਹਿਮਤਾਂ ਦੀ ਰੇਲ ਪੇਲ ਦੇ ਕਾਰਨ ਮੇਰੇ ਅਪਰਾਧ ਮਿਟਾ ਦੇ ਮੇਰੇ ਅਪਰਾਧ ਮਿਟਾ ਦੇ ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ ਮੇਰੇ ਪਾਪ ਤੋਂ ਮੈਨੂੰ ਚੰਗੀ ਤਰ੍ਹਾਂ ਧੋ ਦੇ ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ ਮੇਰੇ ਪਾਪ ਤੋਂ ਮੈਨੂੰ ਕੀ ਕਰ ਸ਼ੁੱਧ ਕਰ ਇਹ ਪ੍ਰੇਰ ਇਹ ਗਿਰ ਗਿਆ ਇਹਨੇ ਪਵਿੱਤਰ ਆਤਮਾ ਨੂੰ ਸ਼ੋਕਤ ਦਿੱਤਾ ਔਰ ਫਿਰ ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ ਕੌਣ ਤੁਹਾਡੇ ਵਿੱਚ ਆਪਣੇ ਪਾਪ ਨਹੀਂ ਜਾਣਦਾ ਜਿਹੜਾ ਸਿਗਰਟ ਪੀਂਦਾ ਬੀੜੀ ਪੀਂਦਾ ਤੰਬਾਕੂ ਖਾਂਦਾ ਜਿਹੜਾ ਝੂਠ ਬੋਲ ਜਾਇਆ ਵਿਸ਼ਵਾਸ ਨੂੰ ਗਲਤ ਪ੍ਰੇਰਣਾ ਦਿੰਦਾ ਹਰ ਵਿਅਕਤੀ ਨੂੰ ਪਤਾ ਮੇਰਾ ਪਾਪ ਕੀ ਹੈ ਪਰ ਪਵਿੱਤਰ ਆਤਮਾ ਤੈਨੂੰ ਕਾਇਲ ਨਹੀਂ ਕਰ ਰਿਹਾ ਪਵਿੱਤਰ ਆਤਮਾ ਤੈਨੂੰ ਛੱਡ ਚੁੱਕਾ ਤੇਰੇ ਪਾਪ ਦੇ ਪ੍ਰਤੀ ਤੈਨੂੰ ਕੋਈ ਕਾਇਲ ਕਰਨ ਵਾਲਾ ਨਹੀਂ ਆ ਤਵੀ ਯੋਹਨਾ ਨੇ ਤੇ ਲਿਖਿਆ ਮੇਰਾ ਪਵਿੱਤਰ ਆਤਮਾ ਆਏਗਾ ਤੈਨੂੰ ਪਾਪ ਦੇ ਪ੍ਰਤੀ ਕੀ ਕਰੇਗਾ ਜਿਹਨੂੰ ਪਵਿੱਤਰ ਆਤਮਾ ਕਾਇਲ ਨਹੀਂ ਕਰਦਾ ਉਹ ਜਨਰਲ ਸਰਪ੍ਰਿਤ ਆਪਣੇ ਇੱਕ ਮੈਸੇਜ ਕੋ ਜਨਰਲ ਸਨੇ ਪਵਿੱਤਰ ਆਤਮਾ ਨੂੰ ਸੇ ਹਮੇਸ਼ਾ ਹਮੇਸ਼ਾ ਕੇ ਲਈ ਛੱਡ ਗਿਆ ਹੈ ਜੇ ਪਵਿੱਤਰ ਆਤਮਾ ਛੱਡ ਦੇਗਾ ਤੈਨੂੰ ਤੇ ਕਿਹਦੇ ਅੱਗੇ ਦਰਖਾਸਤ ਕਰੇ ਕੌਣ ਸੁਣੇਗਾ ਤੇਰੀ ਕਿਸੇ ਵੀ ਪਾਸਪਨ ਤੋਂ ਦੁਆ ਕਰਾ ਤੇਰੀ ਨਹੀਂ ਸੁਣੀ ਲੈ ਮਸੀਹ ਵਿੱਚ ਮੈਂ ਬੇਨਤੀ ਕਰਦਾ ਪਵਿੱਤਰ ਆਤਮਾ ਨੂੰ ਸ਼ੋਕੀ ਨੌਕਰ ਵੈਨ ਹੀ ਨੇ ਆਪਣੇ ਗੁੱਡ ਮਾਰਨਿੰਗ ਹਾਲ ਵਿੱਚ ਲਿਖਿਆ ਉਹਨੂੰ ਦੱਸ ਨਾ ਕਰੋ ਉਹ ਇੰਨਾ ਸਾਫ਼ ਇੰਨਾ ਨਰਮ ਛੱਡ ਕੇ ਚਲਾ ਜਾਏ ਜਿਹੜੇ ਛੱਡ ਕੇ ਚਲਾ ਜਾਏਗਾ ਤੇਰੀ ਮੁਸ਼ਕਲ ਵੇਲੇ ਪਰਮੇਸ਼ਵਰ ਕੋ ਕੌਣ ਸਿਫਾਰਿਸ਼ ਕਰੇਗਾ ਕਿਉਂਕਿ ਰੋਮੀਆ ਕਹਿੰਦਾ ਉਹ ਆਹ ਪਰ ਪਰ ਕੇ ਸਾਡੇ ਲਈ ਕੀ ਕਰਦਾ ਹੈ ਸਿਫਾਰਿਸ਼ ਇਹਨੂੰ ਧਿਆਨ ਨਾ ਇਹ ਧਿਆਨ ਨਾ ਤੁਹਾਡੇ ਬਾਈਬਲ ਦੀ ਗੱਲ ਮੈਂ ਕਰਨਾ ਇਹ ਹੈ ਬਾਈਬਲ ਦੀ ਇਹ ਜਿਹੜੀ ਗੱਲ ਦਾਊਦ ਨੇ ਕੀਤੀ ਦਾਊਦ ਆਸੋ ਨਾਲ ਰੋਣਾ ਅਭਿਸ਼ਿਕ ਗਿਆ ਔਰ ਕੀ ਲਿਖਿਆ ਪੜ੍ਹੀਏ ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ਮੈਂ ਤੇਰਾ ਹਾਂ ਕਦੀ ਕੀ ਕਹਿੰਦਾ ਮੇਰੀ ਸਭ ਬੁਰਾਈ ਮੇਰੇ ਅੱਗੇ ਰਹਿੰਦੀ ਇਹਦੇ ਇੱਕ ਜ਼ਰੂਰ ਗਾਇਆ ਮੇਰਾ ਸਾਰਾ ਪਾਪ ਮੇਰਾ ਗੁਨਾਹ ਮੇਰੇ ਅੱਗੇ ਪਛਲੇ ਨਾ ਤੇਰਾ ਬਖਸ਼ ਗੁਨਾਹ ਸਭ ਮੇਰੇ ਮੇਰਾ ਗੁਨਾਹ ਹਮੇਸ਼ਾ ਮੇਰੇ ਅੱਗੇ ਤੁਹਾਡਾ ਪਾਪ ਤੁਹਾਨੂੰ ਪਤਾ ਆ ਅਸੀਂ ਕੀ ਕਰਦੇ ਕੀ ਕਰਦੇ ਪਤਾ ਪਰ ਅੰਦਰੋਂ ਪਵਿੱਤਰ ਆਤਮਾ ਤੋਂ ਬਿਨਾਂ ਜੀਰੇ ਤੈਨੂੰ ਕਦੀ ਕਾਇਲ ਨਹੀਂ ਕੀਤਾ ਕਿਉਂ ਕਿਉਂਕਿ ਤੇਰੇ ਅੰਦਰ ਕਾਇਲ ਕਰਨ ਵਾਲੀ ਗੱਲ ਨਹੀਂ ਹੈ ਜੀ ਕੋਈ ਵੀ ਪਵਿੱਤਰ ਆਤਮਾ ਹੋਏਗਾ ਤਾਂ ਤੈਨੂੰ ਪਾਪ ਦੇ ਪ੍ਰਤੀ ਕੀ ਕਰੇਗਾ ਕਾਇਲ ਕਰੇਗਾ ਨਹੀਂ ਤਾਂ ਪਾਪ ਹੁੰਦਾ ਰਹੇਗਾ ਤੇ ਚਰਚ ਆਏ ਜਾਏ ਤੇ ਜਾਈ ਜਾਏ ਰਸ਼ ਪੈਸਾ ਦਾ ਚਰਚ ਲੋਕ ਕਹਿਣਗੇ ਬਹੁਤ ਲੋਕ ਆਉਂਦੇ ਇਹ ਸਭ ਜਿਸਮਾਨੀ ਗੱਲਾਂ ਹਨ ਲੋਕਾਂ ਨੂੰ ਦੇਖ ਕੇ ਇਬਾਦਤ ਨਹੀਂ ਕਰਨੀ ਇਮਾਨਦਾਰਾਂ ਨੂੰ ਦੇਖ ਕੇ ਖੁਦਾ ਦੀ ਕੀ ਕਰਨੀ ਹੈ ਇਬਾਦਤ ਕਰਨੀ ਕਈ ਲੋਕ ਜ਼ਿਆਦਾ ਲੋਕ ਹੋਣ ਤਾਂ ਬੜੇ ਵਿਸ਼ਵਾਸੀ ਲੋਕ ਹੋਣ ਬੜੇ ਬੜੇ ਲੋਕ ਆਉਂਦੇ ਇਹ ਖੁਦਾ ਦੇ ਸਾਹਮਣੇ ਕੋਈ ਏਡੀ ਖਾਸ ਗੱਲ ਨਹੀਂ ਹੈ ਇਹ ਕੋਈ ਅੱਛੀ ਗੱਲ ਨਹੀਂ ਹੈ ਪਰਮੇਸ਼ੁਰ ਨੂੰ ਇੱਕ ਗੱਲ ਮੰਨਣੀ ਪੈਂਦੀ ਬਹੁਤ ਲੋਕਾਂ ਪਰਮੇਸ਼ੁਰ ਇਹ ਗੱਲ ਮੰਨ ਪਾਉਂਦੀ ਆ ਚੱਲਣ ਵਾਲੇ ਕਿੰਨੇ ਹੁੰਦੇ ਇਹ ਗੱਲ ਪਰਮੇਸ਼ੁਰ ਨੂੰ ਪਾਉਂਦੀ ਇਸ ਕਰਕੇ ਬਾਈਬਲ ਦੀ ਜਿਹੜੀ ਹੈ ਬੜੀ ਪੂਜਾ ਜੂਰ ਕੀ ਲਿਖਿਆ ਨਹੀਂ ਮੈਂ ਤੇਰਾ ਹਾਂ ਬੋਲੋ ਮੈਂ ਬੋਲੋ ਮੈਂ ਜਿਹੜੇ ਉਹਦੇ ਜੋਰ ਦੀ ਬੋਲਣ ਜਿਹੜੇ ਪਰਮੇਸ਼ਰ ਦੇ ਹਨ ਉਹ ਪ੍ਰਭੂ ਯੀਸ਼ੂ ਸੀ ਮੈਂ ਤੇਰਾ ਆ
ਇੱਦਾਂ ਬੋਲਿਆ ਕਰੋ, ਮੈਂ ਤੇਰਾ ਹਾਂ ਤੇ ਤੂੰ ਮੇਰਾ। ਬੋਲੋ ਮੈਂ ਤੇਰਾ ਤੇ ਤੂੰ ਮੇਰਾ। ਆਹ ਬਾਹਰ ਨਿਕਲ ਪਾਉਣਾ ਛੱਡ ਦੀ ਸੁਣੀਏ ਖਿਆਲ ਅੱਗੇ ਪੜ੍ਹੀ ਕੀ ਲਿਖਿਆ। ਹਾਂ ਮੈਂ ਤੇਰਾ, ਮੈਂ ਤੇਰਾ ਹਾਂ, ਹਾਂ ਤੇਰਾ ਹੀ ਪਾਪ ਕੀਤਾ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਇਹ ਬੁਰੀਾਈ ਕੀਤੀ, ਤੇਰੀ ਨਿਗਾਹ 'ਚ ਇਹ ਬੁਰੀਾਈ ਕੀਤੀ, ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇ। ਤੂੰ ਆਪਣੇ ਫੈਸਲੇ 'ਚ ਠਹਿਰੇ, ਧਰਮੀ ਠਹਿਰੇ। ਕਈ ਲੋਕ ਕਹਿੰਦੇ ਨਹੀਂ ਮੈਂ ਬਿਲਕੁਲ ਠੀਕ ਹਾਂ, ਪਾਪ ਕਰਨ ਤੋਂ ਬਾਅਦ ਵੀ ਉਹ ਪਾਪ ਛੱਡਿਆ ਨਹੀਂ ਪਾਉਂਦੇ ਨਹੀਂ, ਮੈਂ ਬਿਲਕੁਲ ਠੀਕ ਹਾਂ। ਇਹੀ ਸਾਡਾ ਮਦਦਗਾਰ ਆ ਜੋ ਤੈਨੂੰ ਪਾਪ ਵਰਤੋਂ ਵੀ ਕਰੇਗਾ, ਰੁਕ ਸਾ ਹੋਰ ਕੋਈ ਰੁਕ। ਬਾਈਬਲ 'ਚ ਲਿਖਿਆ ਜਿਸਮ ਦੀ ਤੇ ਆਤਮਾ ਦੀ ਆਪਸ 'ਚ ਕੀ ਹੈ ਲੜਨ, ਜਿਸਮ ਦਾ ਜਿਹੜੀ ਲਾਸ਼ਾ ਉਤਰਦੀ ਕੋਈ ਨਹੀਂ ਦੇਖਦਾ, ਅੰਦਰੋਂ ਇੱਕ ਆਵਾਜ਼ ਆਉਂਦੀ ਪੁੱਤਰਾਤਮਾ ਉਹਨੂੰ ਰੁਕਦਾ ਹੈ, ਕਹਿੰਦਾ ਪਾਪ ਹੈ ਜਿਸੇ ਹੀ ਪੁੱਤਰ, ਜੇ ਪੁੱਤਰਾਤਮਾ ਜਾ ਚੁੱਕਾ ਫਿਰ ਕੋਈ ਨਹੀਂ ਕਹਿੰਦਾ, ਫਿਰ ਉਹ ਪਾਪ 'ਚ ਗਿਰ ਜਾਂਦਾ। ਬਾਅਦ 'ਚ ਲਿਖਿਆ ਇਹ ਨਿਸਤਾਰੇ ਦੇ ਦਿਨ 'ਤੇ ਤੁਹਾਡੀ ਕੀ ਲਿਖੀ ਹੋਈ ਹੈ, ਪੁੱਤਰਾਤਮਾ ਨੂੰ ਸ਼ੋਕੇ ਨਾ ਪਹੁੰਚਾਓ। ਇਹੀ ਹੀਲਿੰਗ ਕਰਦਾ, ਇਹੀ ਮੇਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ, ਇਹੀ ਅੰਨੇ ਦੀ ਅੱਖਾਂ ਖੋਲ੍ਹਦਾ, ਇਹੀ ਲੋਕਾਂ ਨੂੰ ਸੰਗਲਾਂ ਨੂੰ ਬਾਹਰ ਛੁਡਾਉਣ ਦਾ, ਇਹੀ ਬਿਗੇਟਡ ਲੋਕਾਂ ਨੂੰ ਚੰਗਾ ਕਰਦਾ, ਕੈਂਸਰ ਲਟਰਮ ਫਟਰਮ ਜੋ ਵੀ ਇਹਦੇ ਵਿੱਚ ਅੰਦਰ ਪਵਿੱਤਰ ਆਤਮਾ ਕਰਦਾ। ਅਤੇ ਪਵਿੱਤਰ ਆਤਮਾ ਪਾਉਣਾ ਬੜਾ ਕੀ ਹੈ, ਜਿੰਨੇ ਘਰਦੇ ਜ਼ਿਆਦਾ ਲੋਕਾਂ ਨੇ ਪਵਿੱਤਰ ਆਤਮਾ ਪਾਇਆ, ਜਿੰਨੇ ਅੰਨੇ ਭਾਸ਼ਾ 'ਚ ਪ੍ਰਾਪਤ ਕਰੋਗੇ ਉਹਨਾਂ ਨੇ ਤੇਰੇ ਘਰ ਤੋਂ ਸਾਰੇ ਬੰਧਨ ਟੁੱਟ। ਮੇਰੇ ਭੈਣ ਭਰਾਓ ਇਹੀ ਪਵਿੱਤਰ ਆਤਮਾ ਨੇ ਜਿਸ ਨੂੰ ਯਸੂ ਜੀ ਨੇ ਮੁਰਦਿਆਂ ਵਿੱਚੋਂ ਜਵਾਲਿਆ, ਯਸੂ ਜੀ ਨੂੰ ਇਹੀ ਪਵਿੱਤਰ ਆਤਮਾ ਅੰਤ ਦੇ ਦਿਨਾਂ ਵਿੱਚ ਅਸੀਂ ਮਰ ਵੀ ਜਾਈਏ ਮਸੀਹ ਵਿੱਚ, ਜਿਹੜੇ ਯਸੂ ਜੀ ਕਿਆਮਤ ਹੋਵੇਗੀ, ਬਾਈਬਲ ਕਹਿੰਦੀ ਯਸੂ ਜੀ ਬਦਲਾ ਤੋਂ ਆਏਗਾ, ਅਤੇ ਜਿਹੜੇ ਮੁਰਦੇ ਹਨ ਉਹ ਕੀ ਹੋਣਗੇ, ਅਤੇ ਜਿਹੜੇ ਜੁੜ ਕਿਹੜੇ ਜੀ ਉੱਠਣਗੇ। ਬਾਈਬਲ ਦੇਖੀਏ ਨਾ ਜਿਸ ਦੇ ਉੱਤੇ ਪਵਿੱਤਰ ਆਤਮਾ ਦੀ ਕੀ ਲਿਖੀ ਹੋਈ ਹੈ, ਉਹ ਯਸੂ ਜੀ ਨਾਲ ਮੁੜ ਕੇ ਉਹਦੇ ਬਦਲਣ ਕੀ ਹੈ, ਅਤੇ ਜਿਹਨੇ ਪਵਿੱਤਰਾਤਮਾ ਬੁਝਾਤਾ ਸੀ ਚਲਾ ਗਿਆ ਸੀ, ਉਹ ਆਸ਼ਾ ਨਾ ਰੱਖਣ ਕਿ ਮੈਂ ਵੀ ਜੀ ਉੱਠਣਾ, ਤੂੰ ਨਹੀਂ ਚਿਰ ਲੱਗੀ ਸੀ ਤੇਰੀ ਮੋਰ ਕਿਉਂ ਚੁੱਕੀ ਆ ਫਿਨਿਸ਼। ਆਈ ਇੱਕ ਲਾਈਨ ਹੋਰ ਦੇਖਾਂਗੇ, ਮਤੀ ਦੀ ਜੀ ਮਤੀ ਰੀਤੀ ਸੁਸਮਾ ਚਾਹ ਪੜੀਏ ਉਹਦਾ ਪੱਚੀ ਚੱਕਰ ਲਿਖੇ ਕਿੰਨਾ ਹੈ ਪੜੀਏ ਪੱਚੀ ਚੱਕਰ। ਉਸ ਵੇਲੇ ਸਵਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ, ਜਿਹੜੀਆਂ ਆਪਣੀਆਂ ਮਸਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿਕਲੀਆਂ। ਇੱਕ ਯਸੂ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਉਦਾਹਰਣ ਦਿੱਤੀ 10 ਕੁਆਰੀਆਂ ਦੇ ਬਾਰੇ, ਇਹ ਲੈ ਕੇ ਮਸਾਲਾ ਲੈ ਕੇ ਨਿਕਲੇ, ਔਰ ਉਹਨਾਂ ਵਿੱਚੋਂ 5 ਤਾਂ ਮੂਰਖ ਅਤੇ 5 ਚਤਰ ਸਨ, 5 ਮੂਰਖ ਅਤੇ 5 ਚਤਰ ਸਨ, 5 ਚਤਰ ਸੀ ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਹਨਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਸੁਣੀਏ ਮਿਸਾਲ ਲੈ ਲਈ ਪਰ ਤੇਲ, ਇਹਨੂੰ ਖਿਆਲ ਕੀਏ ਪਵਿੱਤਰ ਆਤਮਾ ਦਾ ਤੇਲ ਜਿਹਨਾਂ ਦੇ ਅੰਦਰ ਨਾ ਉਹ ਪਰਮੇਸ਼ਰ ਦੀ ਮਹਿਮਾ ਵੀ ਪ੍ਰਗਟ ਕਰਦੇ ਆ। ਔਰ ਕੀ ਲਿਖਿਆ ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ। ਜਿਹੜੀਆਂ ਚਤਰ ਸੀ ਉਹਨਾਂ ਦੇ ਦਰਸ਼ਨ 'ਚ ਇੱਕ ਦ੍ਰਿਸ਼ਟਾਂਤ ਦਿੱਤਾ, ਉਹਨਾਂ ਨੇ ਆਪਣੇ ਬਰਤਨਾਂ 'ਚ ਕੀ ਰੱਖਿਆ ਤੇਲ, ਇਹ ਸਾਡਾ ਬਰਤਨ ਇਹਦੇ ਅੰਦਰ ਪਵਿੱਤਰ ਆਤਮਾ ਦਾ ਤੇਲ ਹੋਣਾ ਬੜਾ ਕੀ ਆ ਜ਼ਰੂਰੀ ਹੈ। ਔਰ ਫਿਰ ਔਰ ਜਦ ਲਾੜੇ ਨੇ ਚਿਹਰ ਲਾਇਆ, ਜਦ ਦੂਲੇ ਨੇ ਚਿਹਰ ਲਾਇਆ ਉਹ ਸਭ ਉੱਗ ਪਈਆਂ ਔਰ ਅਤੇ ਸੌ ਗਈਆਂ, ਅਤੀ ਰਾਤ ਨੂੰ ਧੋ ਪਈ ਉਹ ਲਾੜਾ ਆਇਆ
ਅਤੇ ਉਹਦੇ ਮਿਲਣ ਨੂੰ ਨਿਕਲੋ ਤਦ ਉਹਨਾਂ ਸਭਨਾ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਜੀਆਂ ਦੱਸੋ ਇਹ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਔਰ ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਆਪਣੇ ਤੇਲ ਵਿੱਚੋਂ ਸਾਨੂੰ ਕੁਝ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ ਪਰ ਚਤਰਾਂ ਨੇ ਉੱਤਰ ਦਿੱਤਾ ਨਾ ਕਿਤੇ ਸਾਡੇ ਅਤੇ ਤੁਹਾਡੇ ਲਈ ਥੋੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ ਸੁਣੀਏ ਜਿਹੜੇ ਲੋਕ ਪਰਮੇਸ਼ਰ ਚਤੁਰ ਚਤੁਰ ਬਾਅਦ ਚ ਲਿਖਿਆ ਲੋਕਾਂ ਦੇ ਵਿੱਚ ਇਸ ਯੁੱਗ ਦੇ ਬੋਲੋ ਈਸ਼ਵਰ ਦੇ ਬੱਚੇ ਕਿੰਨੇ ਕੀ ਆ ਚਲਾਕ ਤੇ ਤੁਹਾਨੂੰ ਕਿੰਨਾ ਚਲਾਕ ਹੋਣ ਦੀ ਕੀ ਹੈ ਜ਼ਰੂਰਤਾਂ ਲੋਕਾਂ ਨੂੰ ਕਿੱਦਾਂ ਲਿਖਿਆ ਪੰਜ ਨੇ ਆਪਣੇ ਵਿੱਚ ਤਿਲ ਰੱਖਿਆ ਔਰ ਪੰਜਾਂ ਨੇ ਕੀ ਕੀਤਾ ਤੇ ਇਹਨੂੰ ਕੀ ਕਰ ਲਿਆ ਫਿਨਿਸ਼ ਕਰ ਲਿਆ ਇਸ ਬਰਤਨ ਵਿੱਚ ਕਈਆਂ ਨੇ ਪਵਿੱਤਰ ਆਤਮਾ ਪਾਇਆ ਸੀ ਉਹਨੇ ਪਵਿੱਤਰ ਆਤਮਾ ਨੂੰ ਕੀ ਕਰ ਦਿੱਤਾ ਹੈ ਖਤਮ ਕਰ ਦਿੱਤਾ ਹੈ ਤੇ ਕਈਆਂ ਨੇ ਪਵਿੱਤਰ ਆਤਮਾ ਨੂੰ ਆਪਣੇ ਵਿੱਚ ਬਣੇ ਦੀ ਕਿਰਪਾ ਬਖਸ਼ੀ ਹੋਈ ਪਰਮੇਸ਼ਰ ਕਿਰਪਾ ਨਾਲ ਉਹਨਾਂ ਦੇ ਤੇਲ ਅੱਜ ਵੀ ਚੱਲ ਰਿਹਾ ਹੈ ਉਹਨਾਂ ਦੀ ਜੋਤ ਚਮਕ ਰਹੀ ਹੈ ਔਰ ਫਿਰ ਜਦ ਉਹ ਮੁੱਲ ਲੈਣ ਗਈਆਂ ਹਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਜਾ ਵੜੀਆਂ ਔਰ ਅਤੇ ਬੂਹਾ ਮਾਰਿਆ ਗਿਆ ਔਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ ਹੇ ਮਹਾਰਾਜ ਸਾਡੇ ਲਈ ਖੋਲ ਦਿਓ ਪਰ ਉਹਨੇ ਉੱਤਰ ਦਿੱਤਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ ਅਤੇ ਨਾ ਉਸ ਘੜੀ ਨੂੰ ਜਾਣਦੇ ਹੋ ਸੁਣੀਏ ਪਵਿੱਤਰ ਆਤਮਾ ਦਾ ਤੇਲ ਜਿਹੜੇ ਨਿਕਲ ਜਾਏਗਾ ਅਭਿਸ਼ੇਕ ਨਿਕਲ ਜਾਏਗਾ ਪਰਮੇਸ਼ਵਰ ਵੀ ਤੇਰਾ ਕੀ ਕਰ ਦੇਗਾ ਇਨਕਾਰ ਇਹਦੇ ਧਿਆਨ ਨਾਲ ਸੁਣੀਏ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਪਵਿੱਤਰ ਆਤਮਾ ਤੋਂ ਬਿਨਾਂ ਬਹੁਤ ਲੋਕ ਜੀ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਅਸੀਂ ਪਰਮੇਸ਼ਵਰ ਦੇ ਰਾਜ ਵਿੱਚ ਕਿਵੇਂ ਪ੍ਰਵੇਸ਼ ਕਰਨਾ ਉਹਨਾਂ ਨੂੰ ਖਬਰ ਨਹੀਂ ਉਹ ਸੰਸਾਰ ਦੇ ਗੱਲਾਂ ਵਿੱਚ ਹੀ ਆਪਣੇ ਬੱਚਿਆਂ ਵਿੱਚ ਮਸਲੂਮ ਹੋਏ ਕਰਦੇ ਨੇ ਉਹਨੂੰ ਪਤਾ ਨਹੀਂ ਜਦੋਂ ਤੂੰ ਡੈਡ ਹੋਇਆ ਤੇਰੇ ਬੱਚੇ ਬੁੱਚੇ ਨੇ ਤੇਰਾ ਕੋਈ ਸਾਥ ਨਹੀਂ ਦੇਣਾ ਕਿਸੇ ਦੀ ਬੇਟੀ ਨੇ ਸਾਥ ਨਹੀਂ ਦੇਣਾ ਬਾਈਬਲ ਕਹਿੰਦੀ ਜਿਹੜੀ ਜਾਨ ਪਾਪ ਕਰੇਗੀ ਉਹ ਮਰੇਗੀ ਜਿਹਨਾਂ ਬੱਚਿਆਂ ਨੇ ਅਸੀਂ ਇੰਨੀ ਮਿਹਨਤ ਜਾ ਨਾ ਕਰਦੇ ਨਾ ਅੱਜ ਡੈਥ ਹੋ ਗਈ ਡੈਡੀ ਜੀ ਡੈਡੀ ਸਿੱਧਾ ਨਰਕ ਵਿੱਚ ਮਾਂ ਮਰ ਗਈ ਸਿੱਧੀ ਨਰਕ ਵਿੱਚ ਤੇਰਾ ਬੱਚਾ ਮਰ ਗਿਆ ਸਿੱਧਾ ਨਰਕ ਵਿੱਚ ਸੁਣੀਏ ਪਵਿੱਤਰ ਆਤਮਾ ਲਈ ਮਿਹਨਤ ਕਰੀਏ ਕਿ ਪ੍ਰਭੂ ਮੈਨੂੰ ਚਾਹੀਦਾ ਹੈ ਹੋਲੀ ਸਪਿਰਿਟ ਜੇ ਬੁੱਝ ਵੀ ਗਿਆ ਪਵਿੱਤਰ ਆਤਮਾ ਤੇ ਪਵਿੱਤਰ ਆਤਮਾ ਫਿਰ ਤੇਰੇ ਉੱਤੇ ਆ ਜਾਏਗਾ ਜੇ ਤੂੰ ਉਹਨੂੰ ਚੱਲ ਆ ਪਿੱਛੇ ਸਾਡੇ ਪ੍ਰੇਅਰ ਕਰਦੇ ਪਏ ਸੀ ਨਾ ਇੱਕ ਬੇਟੀ ਇੱਥੇ ਹੈਗੀ ਹੈ ਅਜਰਾ ਕਾ ਕੇ ਇਹਦਾ ਪੁੱਤਰ ਆਤਮਾ ਬੁੱਝ ਤੂੰ ਤੇਰਾ ਪੁੱਤਰ ਆਤਮਾ ਬੁੱਝ ਗਿਆ ਸੀ ਨਾ ਪਿੱਛੇ ਜੇ ਇੱਧਰ ਉੱਠ ਕੇ ਇੱਥੇ ਪ੍ਰੇਅਰ ਕਰਦੇ ਸੀ ਨਾ ਅਚਾਨਕ ਅਸੀਂ ਕਿਹਾ ਕਿ ਪ੍ਰੇਅਰ ਕਰਾਂਗੇ ਲੋਕ ਜਾ ਕੇ ਚਲੇ ਗਏ ਸਾਰਾ ਸਿਸਟਮ ਜਿਹਾ ਉਲਟਾ ਪੁਲਟਾ ਹੋ ਗਿਆ ਉਹ ਪ੍ਰੇਅਰ ਨਹੀਂ ਕਰ ਤੂੰ ਪੱਗ ਨੂੰ ਪਾਇਆ ਤੇਰਾ ਪਹਿਲਾਂ ਪੱਗ ਨੂੰ ਪਾਇਆ ਸੀ ਉਹਦਾ ਦੱਸ ਹੋਰ ਤੇਰਾ ਪੁੱਤਰ ਆਤਮਾ ਕੀ ਹੋ ਗਿਆ ਸੀ ਭਰਪੂਰ ਹੋ ਗਏ ਸੰਡੇ ਪਤਾ ਕਦੋਂ ਪੁੱਤਰ ਆਤਮਾ ਛੱਡ ਜਾਏਗਾ ਪਰ ਜੇ ਆਸੂ ਨਾ ਗਿਰੋਗੇ ਸਾਹਮਣੇ ਤੇ ਪੁੱਤਰ ਆਤਮਾ ਤੇਰੇ ਅੰਦਰ ਕੀ ਆ ਬਾਈਬਲ ਕਹਿੰਦੀ ਆ ਮਸੀਹ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਪ੍ਰਭੂ ਏਦਾਂ ਦਾ ਪਾਪ ਨਾ ਕਰੋ ਜਿਹਦੇ ਨਾਲ ਪਵਿੱਤਰ ਆਤਮਾ ਛੱਡ ਕੇ ਚਲਾ ਜਾਏ ਮੈਂ ਜ਼ਰੂਰੀ ਨਹੀਂ ਕਰਨਾ ਕਈ ਤਰ੍ਹਾਂ ਗਲਤੀਆਂ ਸਾਫ਼ ਕਰਦਾ ਕਈ ਤਰ੍ਹਾਂ ਇਹਨੂੰ ਧਿਆਨ ਰੱਖੀਏ ਲੇਕਿਨ ਪਿਛਲੇ ਸੜੇ ਨੇ ਪਵਿੱਤਰ ਆਤਮਾ ਦੀ ਉਪਸਥਿਤ ਨੂੰ ਆਪਣੇ ਧਿਆਨ ਦਾ ਵੇਖਿਆ ਔਰ ਕਾਫ਼ੀ ਜਿਹੜੇ ਨੇ ਪਾਸ਼ਾ ਹੈ ਬੋਲੀ ਮੈਂ ਤਾਂ ਦੱਸਣਾ ਚਾਹੁੰਦਾ ਪਵਿੱਤਰ ਆਤਮਾ ਨੂੰ ਨਾ ਬਜਾਓ ਕਿਉਂਕਿ ਨਿਸਤਾਰੇ ਦੇ ਦਿਲ ਹੀ ਤੁਹਾਡੇ 'ਤੇ ਕੀ ਲਿਖੀ ਹੋਈ ਹੈ ਪਵਿੱਤਰ ਆਤਮਾ ਨੂੰ ਕੀ ਸਮਝਦੇ ਆ ਪਵਿੱਤਰ ਆਤਮਾ ਹੀ ਯਸੂ ਸੀ ਹੈ
ਬੋਲੋ ਪੁੱਤਰ ਆਤਮਾ ਕੀ ਹੈ? ਬੋਲੋ ਪੁੱਤਰ ਆਤਮਾ ਕੀ ਹੈ? ਪੁੱਤਰ ਆਤਮਾ ਕੀ ਹੈ? ਪੁੱਤਰ ਆਤਮਾ ਹੀ ਯਸੂਸੀ ਆ। ਯਸੂਸੀ ਨੇ ਜਿਹੜੇ ਵਾਪਸ ਆਇਆ, ਜਿਹੜੇ ਤੁਸੀਂ ਗੁੱਡ ਮਾਰਨਿੰਗ ਹੋਲੀ ਸਪਿਰਿਟ ਪੜ੍ਹਦੇ ਆ, ਉਹ ਇੱਕ ਵਿਅਕਤੀ ਹੈ। ਵਿਅਕਤੀ ਉਹ ਆਤਮਾ ਹੈ, ਉਹ ਵਿਅਕਤੀ ਹੈ। ਬਹੁਤੇ ਲੋਕਾਂ ਨੇ ਉਹਨੂੰ ਵੇਖਿਆ, ਉਹ ਆਉਂਦਾ, ਉਹ ਆਏਗਾ। ਪੁੱਤਰ ਆਤਮਾ ਉਹ ਵਿਅਕਤੀ ਆ, ਸਾਡੇ ਮੂੰਹ ਦੇ ਹੱਥ ਆ, ਸਾਡੇ ਮੂੰਹ ਸਾਰਾ ਕੁਛ। ਇੱਕ ਦਿਨ ਪਰਮੇਸ਼ਰ ਦਾ ਦਾਸ ਦੁਆ ਕਰਕੇ ਉੱਠਿਆ, ਜਿਹਨੇ ਕਿਤਾਬ ਪੜ੍ਹੀ ਗੁੱਡ ਮਾਰਨਿੰਗ ਹੋਲੀ ਸਪਿਰਿਟ, ਵੈਲੀ ਦਾ ਉਹਨੇ ਹੱਥ ਫੜ ਲਿਆ। ਪੁੱਤਰ ਆਤਮਾ ਨੇ ਕਹਿੰਦਾ, 5 ਮਿੰਟ ਵੈਲੀ ਸਿਰਫ ਵੇਲੀ ਰੁਕ ਜਾ, ਖਾਣਾ ਖਾਣਾ। ਕਿੰਨੀ ਕਿੰਨੀ ਗਹਿਰੀ ਗੱਲ ਆ ਇਹ ਕਿ ਪਰਮੇਸ਼ਰ ਨੇ ਆਪਣੇ ਦਾਸ ਦਾ ਹੱਥ ਫੜ ਕੇ ਕਿਹਾ, ਕਹਿੰਦਾ ਸਿਰਫ ਮੇਰੇ ਲਈ ਕਿੰਨੇ ਕਿੰਨੇ ਰੁਕ ਜਾ। ਬੋਲੋ ਕਿੰਨੀ ਦੇਰ? ਕਿੰਨੀ ਦੇਰ? ਮੇਰੇ ਲਈ ਰੁਕਾ ਜੀ। ਉੱਪਰੋਂ ਕਹਿੰਦਾ ਆਂਟੀ ਬਾਜਾ ਮਾਰਸੀ ਕਿ ਵੈਲੀ ਖਾਣਾ ਖਾ ਲਾ, ਖਾਣਾ ਖਾ ਲਾ। ਤੇ ਪੁੱਤਰ ਆਤਮਾ ਦੀ ਬਾਂਹ ਫੜ ਲਿੱਤੀ, ਕਹਿੰਦਾ ਆਂਟੀ ਦੀ ਨਹੀਂ ਸੁਣਨੀ, ਕਿਹਦੀ ਸੁਣਨੀ ਹੈ? ਮੇਰੀ ਸੁਣ। ਧਿਆਨ ਰੱਖੀਏ, ਇਹ ਕੋਈ ਛੋਟੀ ਗੱਲ ਨਹੀਂ ਹੈ। ਅਸੀਂ ਨੋਰਮਲ ਸਮਝਦੇ, ਇਹ ਪਵਿੱਤਰ ਆਤਮਾ ਜਿਹੜਾ ਹੀਲਿੰਗ ਕਰਦਾ ਹੈ, ਜਿਹਨੂੰ ਤੁਸੀਂ ਕੁਛ ਵੀ ਨਹੀਂ ਸਮਝਦੇ। ਪਾਇਆ ਬਜਾ, ਪਾਇਆ ਬਜਾ ਦਾ ਪਵਿੱਤਰ ਆਤਮਾ ਨੂੰ ਤੁਸੀਂ ਨੋਰਮਲ ਗੱਲ ਸਮਝੋ। ਪਵਿੱਤਰ ਆਤਮਾ ਹੀ ਸਾਰੇ ਕੰਮ ਕਰਦਾ, ਤੇ ਪਵਿੱਤਰ ਆਤਮਾ ਦਾ ਪਾਣਾ ਕੀ ਹੈ? ਕਿ ਤੁਹਾਡੀ ਪ੍ਰੇਅਰ ਕਰਾਂ ਜੀ ਮੈਂ 15-20 ਮਿੰਟ ਇੱਥੇ। ਬੋਲੋ ਜਿਹੜੇ ਚਾਹੁੰਦੇ ਹਨ ਕਿ ਮੈਂ ਤਰੋ ਤਾਜ਼ਾ ਹੋ ਕੇ ਜਾਵਾਂ, ਕਿ ਮੈਂ ਤੁਹਾਡੀ ਪ੍ਰੇਅਰ ਕਰਾਂ 15-20 ਮਿੰਟ ਇੱਥੇ। ਬੋਲੀਏ, ਬੋਲੀਏ, ਤੇ ਉਹਨੂੰ ਕੀ ਕਰੋਗੇ ਲੈ? ਪਹਿਲੇ ਉਹਨੇ ਪੁੱਛਣ ਤੂੰ ਕੀ ਕੀਤਾ ਭੈਣ ਜੀ, ਤੈਨੂੰ ਮਿਲਿਆ ਸੀ? ਉਹ ਕਿਉਂਕਿ ਮੈਂ ਕਿਹਾ ਤਾਂ ਚੁੰਗੀ ਲੈ ਕੇ ਆਇਆ ਕਰੀ ਉਹ, ਮੈਂ ਕੀ ਕੀਤਾ? ਮੈਂ ਤਾਂ ਤੇ ਭਾਸ਼ਾ ਬੋਲਦੀ, ਹੁਣ ਮੇਰੇ ਕੋਲ ਕੀ ਬੋਲ? ਹੁਣ ਤੂੰ ਪੁੱਛ ਭਾਈ ਨੂੰ ਤੂੰ ਕੀ ਕੀਤਾ ਪਾਪ ਨੂੰ ਪਾਪੀ। ਕੋਈ ਮੈਨੂੰ ਪੁੱਛਿਆ ਤੁਸੀਂ ਕੀ ਕੀਤਾ? ਮੈਂ ਉਹਦਾ ਕੰਮ ਕੀਤਾ 88 ਤੋਂ ਲੈ ਕੇ ਅੱਜ ਤੱਕ, 88 ਤੋਂ ਲੈ ਕੇ ਅੱਜ ਤੱਕ ਉਹਦਾ ਕੰਮ ਕਰ। ਪਰਮੇਸ਼ਰ ਨੇ ਮੈਨੂੰ ਸਮਾਨ ਕੀਤਾ, ਕਿਉਂਕਿ ਮੈਂ ਉਹਦੇ ਪੁੱਤਰ ਆਤਮਾ ਨੂੰ ਸ਼ੁਕਰ ਨਹੀਂ ਕੀਤਾ। ਉਹ ਅੱਜ ਤੱਕ ਮੇਰੀ ਹੈਲਪਲਾਈਨ ਆ, ਜਿਹੜੇ ਹੈਲਪਲਾਈਨ ਨੂੰ ਕੋਈ ਗੱਲ ਪਤਾ ਨਾ ਸੀ, ਫਿਰ ਹੈਲਪਲਾਈਨ ਤੋਂ ਮੈਂ ਕੀ ਕਰਨਾ? ਉਹ ਆ ਜਾਂਦੀ ਹਲ ਕਿਸ ਚੀਜ਼ ਦੀ ਜ਼ਰੂਰਤ ਆ? ਮੈਂ ਜਿਹੜੇ ਪਾਸ਼ਾ 'ਚ ਪ੍ਰੇ ਕਰਦਾ, ਦੋ ਦੋ ਟਾਈ ਢਾਈ ਘੰਟੇ ਕਰ ਮੈਂ ਨਿਕਲ ਜਾਂਦੇ, ਮੇਰੇ ਪ੍ਰੇ ਕਰਦੇ ਨੇ ਪਾਸ਼ਾ, ਅਤੇ ਸਾਰੇ ਜਵਾਬ ਬੋਲੋ, ਸਾਰੇ ਜਵਾਬ। ਆਪਾਂ ਜਿਹੜੇ ਉੱਥੋਂ ਨੰਬਰ ਕਢਾਉਣੇ ਹੁੰਦੇ ਨਾ ਹੈਲਪਲਾਈਨ ਤੋਂ, ਐਕਸਚੇਂਜ ਤੋਂ, ਉਹ ਇੱਕ ਵਾਰੀ ਐਂ ਕਰਦੇ ਆ, ਸਾਰਾ ਡਾਟਾ ਕੀਤਾ, ਕਿੰਨੇ ਫੋਨ ਆਏ, ਕਿੰਨੇ ਗਏ, ਪੁਲਿਸ ਵਾਲੇ ਇੱਥੇ ਪੜ ਲੈਂਦੇ। ਬੋਲੋ ਸਾਰੇ ਕੀ ਹੈ? ਪਰਮੇਸ਼ੁਰ ਵੀ ਦੇਖਦਾ ਕਿ ਕਿੰਨੀਆਂ ਪ੍ਰਾਰਥਨਾ ਅਸਫਲਾਂ ਹੋਈਆਂ, ਕਿੰਨੀਆਂ ਬਿਨੀਆਂ ਬਿਨਾਂ ਅਸਫਲ ਹੋਈ। ਇਹ ਲਾਈਫ, ਇਹ ਪੰਜਾਂ ਨੇ ਆਪਣਾ ਤੇਲ ਕੀ ਕਰ ਦਿੱਤਾ? 5 ਚਤੁਰ ਸੀ ਜਿਹੜੇ ਅੱਜ ਵੀ ਪਰਮੇਸ਼ੁਰ ਵਿੱਚ, ਕਈ ਪਾਪ ਕਰਮ ਵਿੱਚ ਬਹੁਤ ਚਤੁਰ ਆ, ਪਤਾ ਨਹੀਂ ਨਾ ਕਹਿੰਦੇ ਪਾਪ ਕਰਮ, ਕੋਈ ਨਹੀਂ ਦੇਖਦਾ, ਤੈਨੂੰ ਪਤਾ ਨਹੀਂ ਇਹ ਕਿੱਦਾਂ ਦੀ ਆਖਾ ਜਿਹੜੀ ਪੂਰੀ ਦੁਨੀਆਂ ਨੂੰ ਕੀ ਕਰਦੀ ਹੈ। ਇਸ ਇਤਿਹਾਸ 16:9 'ਚ ਲਿਖਿਆ, ਪੂਰੇ ਸੰਸਾਰ ਨੂੰ ਦੇ ਉਹ ਅੱਖਾਂ ਆਪਦੇ, ਉੱਥੋਂ ਕਿਸੇ ਨੂੰ ਠੱਗ ਲਾ ਕੇ, ਇੱਥੋਂ ਠੱਗ ਲਾ, ਹਾਂਜੀ ਉਹਨੂੰ ਕਹਿਤਾ ਤੈਨੂੰ ਸ਼ਾਮ ਨੂੰ ਪੈਸੇ ਦੇ ਦੂੰ, ਉੱਧਰੋਂ ਲੈ ਕੇ ਉਹਦੇ ਪੂਰੇ ਕਰਤੇ, ਐਂ ਕਰ ਦਿੱਤੇ, ਤੇ ਹਜ਼ਾਰਾਂ ਲੋਕ ਤੁਹਾਡੇ ਵਿੱਚ, ਕਿੰਨੇ ਤੁਹਾਡੇ ਵਿੱਚ ਵੀ। ਪਰ ਤੁਸੀਂ ਕੀ ਸੋਚਦੇ ਕਿ ਪਰਮੇਸ਼ੁਰ ਨੂੰ ਪਤਾ ਨਹੀਂ? ਤੂੰ ਪਵਿੱਤਰ ਆਤਮਾ ਨੂੰ ਦਾਸ ਕਰ ਰਿਹਾ, ਛੱਡਦੇ ਗੁਰਦੇ ਤਿਆਰ, ਖੁਦਾ ਤੇਰੀ ਹਰ ਦੁੱਖ ਤੂੰ ਕੀ ਕਰੇਗਾ ਪੂਰਾ। ਇਸ ਕਰਕੇ ਮਸੀਹ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ, ਬਾਈਬਲ ਨੂੰ ਪੜ੍ਹੀਏ ਅਤੇ ਪੁੱਤਰ ਆਪ ਨੂੰ ਉਦਾਸ ਨਾ ਕਰੀਏ। ਇਹ ਜਿਹੜੇ ਲਾਈਨ ਲਿਖੇ ਨਾ ਪੰਜਾਂ ਦੇ ਬਾਰੇ, ਉਹਦੇ ਬਾਰੇ ਇਹੀ ਲਿਖਿਆ ਹੈ ਮਸੀਹ ਵਿੱਚ, ਹੈਨਾ। ਇਹ 5 ਜਿਹੜੀਆਂ ਕੀ ਹੋ ਗਿਆ, ਬਾਈਬਲ ਕਹਿੰਦੀ ਦੁੱਲਾ ਆਇਆ। ਬੋਲੋ ਦਰਵਾਜ਼ਾ ਕਰਕੰਦ ਰਹੀਆਂ 5 ਜਿਹੜੀਆਂ ਤੇਲ ਲਈ ਸੀ, ਰਹਿ ਗਈ ਤੁਹਾਡੇ ਵਿੱਚੋਂ ਵੀ ਜਿਹਨੇ ਪੁੱਤਰ ਆਪ ਨੂੰ ਬਜਾਤਾ, ਉਹ ਕੀ ਹੋਏ? ਉਹ ਰਹਿ ਗਈ। ਸਿਫਾਰਿਸ਼ ਕਰਨ ਵਾਲੀ ਜਿਹਨੇ ਦਰਖਾਸਤ ਕਰਨੀ ਉਹ ਛੱਡ ਕੇ ਚਲਾ ਗਿਆ। ਹਿੰਦੀ 'ਚ ਇੱਦਾਂ ਲਿਖਿਆ, ਹਿੰਦੀ 'ਚ ਅੱਛਾ ਪੜ੍ਹਾ, ਹਿੰਦੀ 'ਚ ਲਿਖਿਆ, ਰੋਮੀ ਅੱਛਾ ਪੜ੍ਹਾ ਵੀ ਲਿਖਿਆ, ਹਿੰਦੀ 'ਚ, ਹਿੰਦੀ 'ਚ ਬਹੁਤ ਅੱਛਾ ਲਿਖਿਆ, ਪੜ੍ਹੀਏ। ਇਹਨੂੰ ਖਿਆਲ ਨਾ ਸੁਣੀਏ, ਮੈਨੂੰ ਬਹੁਤ ਛਿਣਾ ਲੱਗਦੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਪਵਿੱਤਰ ਆਤਮਾ ਸ਼ੋਕਿਤ ਹੋ। ਇਹੀ ਪਵਿੱਤਰ ਆਤਮਾ ਨੇ ਤੇ ਹੀਲਿੰਗ ਕਰਨੀ ਹੋਣੀ ਥੋੜ੍ਹੀ ਦੇਰ,
ਤੜਪ ਚੁੱਕੇ ਜਾਣੇ ਦੁਸ਼ਟਾਂ ਪਰ ਹੁਣੇ ਇੱਥੇ ਖਿਲ ਖੁੱਲਣ ਜਾਣਾ ਕਿਹਨੇ ਕਰਨਾ ਪਾਸਟਰ ਵਿਜੇ ਨੇ ਬੋਲੋ ਬੋਲੋ ਨਹੀਂ ਬੋਲੋ ਕਿਹਨੇ ਕਰਨਾ ਬੋਲੋ ਕਿਹਨੇ ਕਰਨਾ ਬੋਲੋ ਕਿਹਨੇ ਕਰਨਾ ਪਵਿੱਤਰ ਆਤਮਾ ਨੇ ਅਸੀਂ ਸਾਰੀ ਮਹਿਮਾ ਨੂੰ ਦਿੰਦੇ और की देखा पड़ी पड़ी आठ से पड़ी इसी रीति से आत्मा भी हमारी दुर्बलता में सहायता इसी रीति से पवित्र आत्मा भी हमारी दुर्बलता में हमारी सहायता करता है हमारी सहायता करता है और क्योंकि हम नहीं जानते कि प्रार्थना किस रीति से करना चाहिए प्रार्थना किस रीति से करने हथा नहीं पता बोलो कभी ਤੁਹਾਨੂੰ ਦੱਸੋ ਨਵੀਂ ਕਿਵੇਂ ਪ੍ਰਾਰਥਨਾ ਕਰਨੀ ਪ੍ਰਾਰਥਨਾ ਕੋਈ ਲਿਖਤ ਨਹੀਂ ਆ ਇਹਦਾ ਖਿਆਲ ਕਰੀਏ ਕਈ ਲੋਕ ਪੇਪਰ ਛਪਾ ਕੇ ਪੇਪਰ ਵੰਡਦੇ ਆ ਪੇਪਰ ਵੰਡਣਗੇ ਤੁਸੀਂ ਇੱਦਾਂ ਪ੍ਰਾਰਥਨਾ ਕਰਿਆ ਕਰੋ ਅਸੀਂ ਉੱਥੋਂ ਪੇਪਰ ਲੈ ਕੇ ਆਏ ਹਾਂ ਅਸੀਂ ਅੱਗੇ ਰੱਖ ਲਈਦਾ ਫਿਰ ਉਹਨਾਂ ਇੱਦਾਂ ਪ੍ਰਾਰਥਨਾ ਕਰਦੀ ਇਹਦਾ ਖਿਆਲ ਮੇਰੀ ਗੱਲ ਸਮਝ ਆ ਰਹੀ ਤੁਹਾਨੂੰ ਬੋਲੋ ਮੇਰੀ ਗੱਲ ਸਮਝ ਆ ਰਹੀ ਬੋਲੋ ਜਿਹੜੇ ਲੋਕ ਪੇਪਰ ਛਾਪ ਕੇ ਦਿੰਦੇ ਆ ਪ੍ਰੇਰ ਇਹ ਪ੍ਰੇਰ ਨਹੀਂ ਆ ਇਹ ਕੋਈ ਪ੍ਰੇਰ ਨਹੀਂ ਪ੍ਰੇਰ ਰੋ ਜਿਹੜੀ ਅੰਦਰੋਂ ਨਿਕਲਦੀ ਹੈ ਹੌਕੀਅਤ ਹੈ ਪ੍ਰੇਰ ਤੇਰੇ ਮਨ ਦੀਆਂ ਗੱਲਾਂ ਆ ਪ੍ਰੇਰ ਤੇਰਾ ਦੁੱਖ ਆ ਤੇਰਾ ਦਰਦ ਆ ਤੂੰ ਖੁਦਾ ਦੇ ਸਾਹਮਣੇ ਤੇਰੇ ਜੋ ਕੁਛ ਮਨ ਚ ਆ ਤੇਰੇ ਵਿਚਾਰ ਆ ਉਹ ਪਰਮੇਸ਼ਰ ਦੱਸ ਆਪਣੇ ਮਨ ਚ ਪ੍ਰਭੂ ਮੈਂ ਇਸ ਕਰਕੇ ਇੱਥੇ ਆਇਆ ਮੇਰੀ ਇਹ ਪ੍ਰੋਬਲਮ ਇਹਨੂੰ ਪ੍ਰੇਰ ਕਰਦੇ ਕੋਈ ਪ੍ਰੇਰ ਕੋਈ ਬਣਾ ਕੇ ਕੋਈ ਏਡੀ ਵੱਡੀ ਬਹੁਤ ਵਧੀਆ ਤਰੀਕੇ ਨਾਲ ਏਡੀ ਗੱਲ ਨਹੀਂ ਇੱਕ ਆਦਮੀ ਪ੍ਰੇਰ ਕੀਤੀ ਨਾ ਲੋਕਾਂ ਦੇ ਉੱਤੇ ਇੱਕ ਪ੍ਰੇਰ ਕਰਦਾ ਪ੍ਰਭੂ ਮੈਂ ਹਰ ਸੰਡੇ ਚਰਚ ਆਉਂਦਾ ਹਫ਼ਤੇ 'ਚ ਦੋ ਵਾਰੀ ਵਰਤ ਰੱਖਦਾ ਔਰ ਮੈਂ ਜਿੰਨੀ ਕਮਾਈ ਕਰਦਾ ਉਹਦਾ ਦਸ਼ਵੰਸ਼ ਵੀ ਦਿੰਦਾ ਔਰ ਮੈਂ ਇਹ ਵੀ ਕਰਦਾ ਰੁਪਏ ਉਹ ਵੀ ਕਰਦਾ ਇੱਕ ਅੱਧ ਸਾਨੂੰ ਕੁਛ ਵੀ ਨਹੀਂ ਆਉਂਦਾ ਪਤਾ ਕੀ ਕਹਿੰਦਾ ਪ੍ਰਭੂ ਮੈਂ ਕੁਛ ਵੀ ਨਹੀਂ ਕਰਦਾ ਮੈਂ ਜਿਹੜੀ ਕਹਿੰਦਾ ਛਾਤੀ ਪਿੱਟ ਪਿੱਟ ਕੇ ਦੁਆ ਕਰ ਰਿਹਾ ਸੀ ਮੇਰੇ 'ਤੇ ਰਹਿਮ ਕਰ ਮੈਂ ਤੇਰਾ ਵਫ਼ਾਦਾਰ ਰਹਿਣਾ ਚਾਹੁੰਦਾ ਜੋ ਕੁਛ ਮੈਂ ਸਿੱਖਿਆ ਮੈਂ ਸਥਿਰ ਹੋਵਾਂ ਮੈਂ ਇਕੱਲਾ ਵਿਸ਼ਵਾਸ ਨਾ ਕਰਾਂ ਮੈਂ ਅਮਲ ਕਰਾਂ ਤੇਰੀਆਂ ਗੱਲਾਂ ਬਾਈਬਲ ਕਹਿੰਦੀ ਜਿਹੜਾ ਕਰਦਾ ਸੀ ਉਹ ਧਰਮੀ ਠਹਿਰ ਕੇ ਨਹੀਂ ਗਿਆ ਜਿਹਨੇ ਜਿਹੜਾ ਸਾਰਾ ਕੁਛ ਕਰਦਾ ਸੀ ਕਹਿੰਦਾ ਮੈਂ ਕੁਛ ਵੀ ਨਹੀਂ ਕੀਤਾ ਜੋ ਮੈਨੂੰ ਯੋਗਾ ਉਹ ਤੋਂ ਆਵਾਜ਼ ਆਈ ਇਹ ਧਰਮੀ ਹੈ ਧਰਮ ਦੇ ਕੰਮ ਬਹੁਤ ਸੰਸਾਰ 'ਚ ਲੋਕ ਦਿਖਾਉਣਾ ਚਾਹੁੰਦੇ ਆ ਬਾਈਬਲ 'ਚ ਇਹਦੇ ਖਿਆਲ ਕਰੀਏ ਤੁਸੀਂ ਅੱਜ ਨੈੱਟ 'ਤੇ ਦੇਖਿਆ ਨਾ ਮੈਨੂੰ ਬਹੁਤ ਛਾ ਖੁਦਾ ਬਨਾਮ ਨਹੀਂ ਹੋਗਾ ਰੱਬ ਦਾ ਸੇਵਕ ਬਹੁਤ ਗੁੱਡ ਪ੍ਰਚਾਰਕ ਆ ਸਾਡੇ ਨਰਿੰਦਰ ਦਾ ਮੈਂ ਕਦੇ ਨੈੱਟ 'ਤੇ ਦੇਖਿਆ ਤਾਂ ਫੋਨ ਤੋਂ ਰਾਸ਼ਨ ਬਣ ਰਿਹਾ ਬਾਅਦ 'ਚ ਲਿਖਿਆ ਜਦ ਤੂੰ ਦਾਨ ਕਰੇ ਤੇ ਕਿਵੇਂ ਕਰਨਾ ਬੋਲੋ ਕਿਵੇਂ ਕਰਨਾ ਬਾਈਬਲ ਦੀ ਗੱਲ ਆ ਅੱਛਾ ਗੁੱਡ ਪ੍ਰਚਾਰਕ ਆ ਮੈਨੂੰ ਮਾਨਾ ਨਰਿੰਦਰ ਚੌਧਰ ਦਾ ਪ੍ਰਚਾਰਕ ਹੋਏ ਨੂੰ ਉਹ ਰਾਸ਼ਨ ਬਣ ਰਿਹਾ ਦਿਖਾ ਕੇ ਅਸੀਂ ਚਰਚ ਰਾਸ਼ਨ ਬਣ ਰਿਹਾ ਇਹ ਬਾਈਬਲ ਦੀ ਗੱਲ ਬਾਈਬਲ ਕਹਿੰਦੀ ਤੇਰਾ ਸਾਰਾ ਦਾਨ ਕਿੱਥੇ ਹੋਵੇ ਇਹ ਬਾਈਬਲ ਦੀ ਤਰੀਕ ਕਿੰਨੇ ਲੋਕ ਨੈੱਟ 'ਤੇ ਪਾ ਕੇ ਦਿਖਾਉਣਾ ਚਾਹੁੰਦੇ ਤੇਰਾ ਪਰਮੇਸ਼ਵਰ ਗੁਪਤ ਵਿੱਚ ਆ ਤੇਰੇ ਗੁਪਤ ਕੰਮਾਂ ਨੂੰ ਕੀ ਕਰਦਾ ਹੈ ਜਾਣਦਾ ਹੈ ਤੇਰੀਆਂ ਗੱਲਾਂ ਨੂੰ ਜਾਣਦਾ ਤੂੰ ਕੀ ਕਰਦਾ ਹੈ ਤੈਨੂੰ ਦੱਸਣ ਦੀ ਲੋੜ ਨਹੀਂ ਇਹ ਅੰਨੀ ਜਾਤੀ ਲੋਕ ਪਰਮੇਸ਼ਵਰ ਤੋਂ ਬਿਨਾਂ ਜੀ ਰਹੇ ਉਹ ਲਿਖਣ ਪੱਖਾ ਲਿਖਾ ਕੇ ਲਿਖ ਕੇ ਦੇਣਗੇ ਪੱਖੇ 'ਤੇ ਲਿਖਿਆਗਾ ਇਹ ਸੇਵਾ ਕਰਾਈ ਫੋਟੋ ਲੱਗਦੀ ਪਈ ਆ ਚਰਚ ਅੰਦਰ ਇਹਨਾਂ ਨੇ 10,000 ਰੁਪਈਆ ਦਿੱਤਾ ਇਹ ਬਾਈਬਲ ਦੀ ਗੱਲ ਨਹੀਂ ਜੇ ਬਾਈਬਲ ਬਾਈਬਲ ਨੂੰ ਜਾਣ ਗਏ ਹਾਂ ਇਹਨਾਂ ਗੱਲਾਂ ਨੂੰ ਕਾਂਟਾ ਮਾਰੀਏ ਬਾਈਬਲ ਦੇ ਮੁਖਾਲਫਤ ਗੱਲਾਂ ਹੈ ਖੁਦਾ ਤੇਰੀਆਂ ਇਹਨਾਂ ਗੱਲਾਂ ਦਾ ਵੀ ਕੀ ਕਰੇਗਾ ਨਿਆਂ ਇੱਕ ਬਿੰਦੂ ਵੀ ਟਲਵਾ ਇਹਨੂੰ ਸੋਚੀਏ ਅਸੀਂ ਕਿਵੇਂ ਪਰਮੇਸ਼ੁਰ ਨਾਲ ਚਾਹੁੰਦੇ ਬਾਈਬਲ ਚੱਲੀਏ ਅਤੇ ਉਹਦੇ ਪਵਿੱਤਰ ਆਤਮਾ ਨੂੰ ਸ਼ੁਕਰ ਨਾ ਕਰੀਏ ਇੱਥੇ ਕਿਧਰ ਗਿਆ ਫਿਰ ਛਾਪੜੀ ਹਿੰਦੀ ਕੀ ਲਿਖਿਆ इसी रीति से पवित्र आत्मा भी हमारी दुर्बलता में सहायता करता है हमारी दुर्बलताई में क्या करता है सहायता करता है और क्योंकि हम नहीं जानते कि प्रार्थना किस रीति से करें परंतु पवित्र आत्मा आप ही ऐसी आहें भर कर बोलो कि मैं आहें अंदरों कई लोग टूट जाते ना रोते होते हैं ਪਵਿੱਤਰ ਆਤਮਾ ਅੰਦਰ ਪ੍ਰੇਰ ਕਰ ਰਿਹਾ ਹੁੰਦਾ ਉੱਪਰ ਪਰਮੇਸ਼ਰ ਨੂੰ ਕਹਿ ਰਿਹਾ ਹੁੰਦਾ ਕਿ ਮੇਰੀ ਬੇਟੀ ਨੂੰ ਮੇਰੇ ਬੇਟੇ ਨੂੰ ਅੱਛੀ ਰੋ ਵੈਸੇ ਬੇਟੀਆਂ ਨੂੰ ਨਾ ਬੇਟੇ ਤਾਂ ਰੋਂਦੇ ਵੀ ਨਹੀਂ ਵੈਸੇ ਬੇਟੀਆਂ ਹੀ ਰੋਂਦੀਆਂ ਜ਼ਿਆਦਾਤਰ ਲੇਡੀਜ਼ ਹੀ ਰੋਂਦੀ ਜੈਂਟਸ ਦੇ ਨਹੀਂ ਮਰ ਸਕਦਾ ਕਿਉਂ
ਕਿਉਂਕਿ ਪਵਿੱਤਰਾਤਮਾ ਤੋਂ ਬਿਨਾਂ ਜੀ ਰਹੇ ਲੱਗਦਾ ਹੈ ਮੇਰੇ ਅੰਦਰ ਹੁਣ ਟੁੱਟਿਆ ਹੋ ਸਕਦਾ ਪਰ ਸ਼ੋਕੀ ਤਾਂ ਤੇਰਾ ਪਾਪੂ ਜਿੱਦਾਂ ਤੂੰ ਸਹੀ ਟੁੱਟੇਗਾ ਤੇ ਹਿਜਕੀਲ ਫਰਾਂਸਿਸ ਵਾਂਗੂ ਤੇਰੇ ਅੱਥਰੂ ਡਿੱਗਣਗੇ ਦਿਨਾਂ ਕਰਨ ਵਾਂਗੂ ਤੇਰੇ ਸਿਰ ਸੁੱਕਣਗੇ ਡਿੱਗਣਗੇ ਮੈਂ ਬੰਦਿਆਂ ਨੂੰ ਕਹਿ ਰਿਹਾ ਜੈਂਟਸ ਨੂੰ ਕਹਿ ਰਿਹਾ ਤੇਰਾ ਪਵਿੱਤਰਾਤਮਾ ਸ਼ੋਕਿਤ ਹੋਇਆ ਇਸ ਕਰਕੇ ਤੇਰੇ ਅੱਥਰੂ ਡਿੱਗ ਲਿਖਿਆ ਆਹੇ ਪੜ੍ਹ ਪੜ੍ਹ ਕੇ ਕਿਆ ਕਰਦਾ ਚਾਹੇ ਨਾ ਕਰਾਂ ਪਵਿੱਤਰ ਆਤਮਾ ਪਾਈਏ ਤੇ ਤੇਰਾ ਪਵਿੱਤਰ ਆਤਮਾ ਪਿਤਾ ਕੋ ਹਮੇਸ਼ਾ ਤੇਰੇ ਕੀ ਕਰੇਗਾ ਬੋਲੋ ਪਵਿੱਤਰ ਆਤਮਾ ਹਮੇਸ਼ਾ ਤੇਰੇ ਕੀ ਕਰੇਗਾ ਮੈਂ ਭਾਵੇਂ ਤੁਹਾਡੇ ਲਈ ਪ੍ਰੇਰ ਕਰਾਂ ਤੇ ਪਤਾ ਨੀ ਪਾਠ ਸਾਹਿਬ ਪ੍ਰੇਰ ਕਰਦੇ ਕਿ ਨਹੀਂ ਕਰਦੇ ਨਾ ਕਰ ਲੇਕਿਨ ਕੋਈ ਹੈ ਤੁਹਾਡੇ ਲਈ ਕੌਣ ਬੋਲੀਏ ਤੇਰੇ ਬੱਚੇ ਨੇ ਮੇਰਾ ਗੱਲ ਕੀਤੀ ਹੈ ਪਵਿੱਤਰਾਤਮਾ ਪਾਣਾ ਵੀ ਬੜਾ ਜ਼ਰੂਰੀ ਤੇ ਪਵਿੱਤਰਾਤਮਾ ਚ ਕਾਇਮ ਰਹਿਣਾ ਵੀ ਬੜਾ ਕੀ ਹੈ ਜ਼ਰੂਰੀ ਪ੍ਰਭੂ ਜੀ ਜਦ ਮੈਨੂੰ ਜਿਹਦੇ ਪਵਿੱਤਰਾਤਮਾ ਕਹਿੰਦੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਦ ਮੈਂ ਪ੍ਰਭੂ ਕਦੀ ਪ੍ਰੇਰ ਕਰਦਾ ਹੁੰਦਾ ਸੀ ਕਰਦੀ ਸੀ ਉਸ ਵੇਲੇ ਮੇਰੀ ਸੋਚ ਕੁਛ ਹੋਰ ਸੀ ਆਸਾ ਤਾਂ ਮੈਂ ਸੰਸਾਰ ਤੇ ਚਲਾ ਸੰਸਾਰ ਦੀਆਂ ਚੀਜ਼ਾਂ ਨੇ ਮੈਨੂੰ ਮੋਹ ਦਿੱਤਾ ਪਤਾ ਨਹੀਂ ਕੁਛ ਸਮੇਂ ਲੇਕਿਨ ਅੱਜ ਛੱਡ ਕੇ ਤਿਆਰ ਕੇ ਮੈਂ ਤੇਰੇ ਪਿੱਛੇ ਆ ਗਿਆ ਪ੍ਰਭੂ ਮੈਂ ਅੱਜ ਇਨਕਾਰ ਕਰ ਰਿਹਾ ਉਹ ਚੀਜ਼ਾਂ ਦਾ ਜਿਹੜੀਆਂ ਤੇਰੀ ਮੁਹੱਬਤ ਤੋਂ ਮੈਨੂੰ ਕੀ ਕਰਨ ਦੂਰ ਕਰ ਇੱਕ ਵਾਰ ਫਿਰ ਤਾਂ ਕਹਿੰਦਾ ਖੁਦਾਵੰਦ ਮੇਰੇ ਤੇ ਤਿਆਰ ਕਰ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਅੱਡ ਨਾ ਹੋ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਦਾ ਸਮੇ ਸਮੇ ਬਿਨਾਂ ਜੀ ਨਹੀਂ ਸਕਦਾ ਇੱਕ ਦਿਨ ਮੈਂ ਉੱਤੇ ਕਮਰੇ ਚ ਰਿਹਾ ਪ੍ਰਭੂ ਮੈਂ ਨਹੀਂ ਜੀ ਸਕਦਾ ਮੈਂ ਨਹੀਂ ਜੀ ਸਕਦਾ ਸਵਾਮੀ ਮੈਂ ਨਹੀਂ ਜੀ ਸਕਦਾ ਮਾਫੀ ਮੰਗੇ ਪਵਿੱਤਰਾਤਮਾ ਜੀ ਅਗਰ ਮੈਂ ਤੈਨੂੰ ਸ਼ੋਕਿਤ ਹੋ ਗਿਆ ਹੋ ਗਈ ਹਾਂ ਗਲਤ ਸ਼ਮਾ ਕਿਉਂਕਿ ਦਸ ਕਹਿੰਦਾ ਤੇਰਾ ਪਾਪ ਤੇਰੇ ਸਾਹਮਣੇ ਸਭ ਸਾਨੂੰ ਪਤਾ ਮੈਂ ਕਿੱਥੇ ਗਲਤੀ ਕੀਤੀ ਹੈ ਕੋਈ ਨਹੀਂ ਕਹਿ ਸਕਦਾ ਨਹੀਂ ਪਤਾ ਹੁੰਦਾ ਮੈਂ ਕਿੱਥੇ ਪਾਪ ਸਭ ਪਤਾ ਕਿਆ ਕੋਈ ਪ੍ਰਾਰਥਿਤ ਕਰੇਗਾ ਬਾਈਬਲ ਕਹਿੰਦੀ ਸੁਲੇਮਾਨ ਕਹਿੰਦਾ ਪਾਪਾਂ ਵਿੱਚ ਜੇ ਕੋਈ ਆਪਣੇ ਅਪਰਾਧ ਛੁਪਾ ਲੈਂਦਾ ਉਹ ਕਦੀ ਕਾਮਯਾਬ ਲੁਖਾਂ ਤੋਂ ਛੁਪਾ ਸਕਦੇ ਰਿਸ਼ਤੇਦਾਰਾਂ ਤੋਂ ਛੁਪਾ ਸਕਦੇ ਹੈ ਆਪਣੇ ਹਸਬੈਂਡ ਤੋਂ ਛੁਪਾ ਸਕਦੇ ਹੈ ਆਪਣੀ ਵਾਈਫ ਤੋਂ ਕੋਈ ਛੁਪਾ ਸਕਦਾ ਆਪਣੇ ਬਾਪ ਤੋਂ ਕੋਈ ਛੁਪਾ ਸਕਦਾ ਜਿਹਦੀ ਅੱਖਾਂ ਧਰਤੀ ਤੇ ਲੱਗੀਆਂ ਹੋਈਆਂ ਉਹ ਤੋਂ ਕੋਈ ਛੁਪਾ ਨਹੀਂ ਸ਼ਮਾ ਦੇ ਲਈ ਬੇਨਤੀ ਕਰੀਏ ਪ੍ਰਭੂ ਮੈਨੂੰ ਪਤਾ ਜੇ ਮੈਂ ਪਵਿੱਤਰਾਤਮਾ ਮੇਰੇ ਕੋਲ ਚਲਾ ਗਿਆ ਮੈਂ ਕਿਸੇ ਵੀ ਸੜਕ ਨਹੀਂ ਜਾ ਕਿਉਂਕਿ ਨਰਕ ਦੀ ਪਿਆਰ ਕਰ ਮੇਰਾ ਇੰਤਜ਼ਾਰ ਕਰ ਪ੍ਰਭੂ ਕਿਸੇ ਵੀ ਤੇਰੇ ਮਨ ਨਰਕ ਚ ਨਹੀਂ ਜਾ ਮੈਂ ਤੇਰੇ ਨਾਲ ਤੇਰੇ ਦਾਇਓ ਬੈਠ ਕੇ ਉੱਥੇ ਰਹਿ ਕੇ ਆਪਣਾ ਜੀਵਨ ਕਰਨਾ ਪਊ
ਸਵਾ ਬਲੇਕੇ ਹੁਣ ਤੱਕ ਪਰਮੇਸ਼ਰ ਦੀਆਂ ਸਾਰੀਆਂ ਕਲਾਈਆਂ ਉਹਦੀਆਂ ਮਿਹਰਬਾਨੀਆਂ ਨੇ ਅਸੀਂ ਪਰਮੇਸ਼ਰ ਨੂੰ ਮਹਿਮਾ ਕਰੂੰਗੇ ਔਰ ਜੋ ਕੁਛ ਵੀ ਤੁਸੀਂ ਉਹਦੇ ਦਿੱਤੇ ਤੇ ਦਿੱਤਾ ਉਹਦੇ ਲਈ ਵੀ ਥੈਂਕਸ ਕਰਾਂਗੇ ਪਰਮੇਸ਼ਰ ਨੇ ਸਾਰੀ ਬਾਤ ਨੂੰ ਆਪਣੇ ਹੱਥਾਂ 'ਚ ਲੈ ਕੇ ਚਲਾਇਆ ਉਹਨੂੰ ਅਸੀਂ ਪਰਮੇਸ਼ਰ ਨੂੰ ਧੰਨਵਾਦ ਦੀ ਭੇਟ ਲਵਾਂਗੇ ਆਈਏ ਸੁਭ ਨਾਲ ਮਿਲ ਕੇ ਪ੍ਰਾਰਥਨਾ ਕਰਾਂਗੇ ਕਿ ਖੁਦਾ ਤੁਹਾਨੂੰ ਸਾਰੀਆਂ ਗੱਲਾਂ 'ਚ ਆਸ਼ਿਤ ਕਰੇ ਔਰ ਹੋਇਆ ਵਚਨ ਸੌ ਗੁਣਾ ਫਰਕ ਜਿੰਦਾ ਮਿਹਰਬਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਮੇਰੇ ਪਰਮੇਸ਼ਵਰ ਖੁਦਾ ਸ਼ੁਕਰਗੁਜ਼ਾਰ ਹਾਂ ਮੇਰੇ ਖੁਦਾ ਤੁਹਾਡੀ ਪਾਕ ਹਜ਼ੂਰੀ ਦੇ ਲਈ ਪ੍ਰਭੂ ਜੋ ਸਾਡੇ ਦਰਮਿਆਨ ਉਤਰੀ ਆ ਮੇਰੇ ਪਰਮੇਸ਼ਵਰ ਖੁਦਾ ਇੱਕ ਇੱਕ ਨੂੰ ਸਪਸ਼ਟ ਕੀਤਾ ਖੁਦਾ ਹਿਰਦੇ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਪ੍ਰਭੂ ਜੀ ਤੁਹਾਡੇ ਨਾਮ ਦੀ ਮਹਿਮਾ ਕਰਦੀ ਹਾਂ ਸੱਚਮੁੱਚ ਖੁਦਾ ਬਹੁਤ ਵਾਰ ਪਿਆਰੇ ਪਰਮੇਸ਼ਵਰ ਅਸੀਂ ਖੁਦਾ ਨਾ ਚਾਹੁੰਦੇ ਹੋਏ ਵੀ ਖੁਦਾ ਕੁਛ ਐਸੇ ਕੰਮ ਕਰਦੇ ਖੁਦਾ ਜੋ ਤੁਹਾਨੂੰ ਬਿਲਕੁਲ ਚੰਗੇ ਨਹੀਂ ਲੱਗਦੇ ਮੇਰੇ ਖੁਦਾ ਤੁਹਾਡਾ ਹਿਰਦੇ ਦੁਖੀ ਹੁੰਦਾ ਮੇਰੇ ਪਰਮੇਸ਼ਰ ਸਾਡੇ ਕੰਮਾਂ ਨੂੰ ਦੇਖ ਕੇ ਪਿਆਰੇ ਖੁਦਾ ਪਰ ਅੱਜ ਪ੍ਰਭੂ ਤੁਹਾਡੀ ਪਾਕ ਹਜ਼ੂਰੀ ਦੇ ਅੰਦਰ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਦੇ ਹਾਂ ਮੇਰੇ ਖੁਦਾ ਦੁਆ ਖੁਦਾ ਹਿਰਦੇ ਤੋਂ ਪ੍ਰਭੂ ਸ਼ਮਾ ਕਰਦੇ ਖੁਦਾ ਸ਼ਮਾ ਕਰਦੇ ਮੇਰੇ ਖੁਦਾ ਇੱਕ ਵਾਰ ਫਿਰ ਪ੍ਰਭੂ ਆਪਣੇ ਮਾਰਗ ਨਾਲ ਚੱਲਣ ਲਈ ਅਗਵਾਈ ਕਰ ਮੇਰੇ ਖੁਦਾ ਅੱਜ ਖੁਦਾ ਇੱਕ ਵਾਰ ਫਿਰ ਆਪਣੇ ਹੱਥਾਂ 'ਚ ਲੈ ਕੇ ਚਲਾ ਦਿਆ ਕਰ ਮੇਰੇ ਖੁਦਾਵਾਂ ਅੱਜ ਕੋਈ ਵੀ ਰੂਹ ਪ੍ਰਭੂ ਤੇਰੇ ਸਪਰਸ਼ ਤੋਂ ਖਾਲੀ ਨਾ ਰਹੇ ਮੇਰੇ ਪਰਮੇਸ਼ਰ ਖੁਦਾ ਜਿਹੜਾ ਪ੍ਰਭੂ ਅੱਜ ਤੁਸੀਂ ਸਵਰਗ ਤੋਂ ਆਪਣਾ ਕਲਾਮ ਭੇਜਿਆ ਮੇਰੇ ਖੁਦਾ ਉਹ ਬੀਜ ਇੱਕ ਇੱਕ ਜ਼ਿੰਦਗੀ 'ਚ ਬੀਜਿਆ ਜਾਣ ਮੇਰੇ ਖੁਦਾ ਸੌ ਗੁਣਾ ਹਜ਼ਾਰ ਗੁਣਾ ਬਰਕਤ ਆਏ ਮੇਰੇ ਪਰਮੇਸ਼ਰ ਖੁਦਾ ਹਰ ਦੇਹੀ ਤੇ ਆਏ ਖੁਦਾ ਤੇਰਾ ਰਾਜ ਆਜੇ ਮੇਰੇ ਪਰਮੇਸ਼ਰ ਖੁਦਾ ਪਾਪ ਸ਼ਰਾਬ ਪ੍ਰਭੂ ਤੁਹਾਡੇ ਪੁੱਤਰ ਆਤਮਾ ਦੇ ਵਸੀਲੇ ਹਰ ਦੇਹੀ ਤੋਂ ਚਲੇ ਜਾਣ ਮੇਰੇ ਖੁਦਾ ਹਰ ਦੇਹੀ ਪ੍ਰਭੂ ਪਾਪ ਤੋਂ ਆਜ਼ਾਦ ਹੋ ਜਾਏ ਮੇਰੇ ਖੁਦਾ ਤੇ ਸਰੀਰ ਤੇਰੇ ਮੰਦਰ ਹੋ ਜਾਣ ਪ੍ਰਭੂ ਔਰ ਇਹਨਾਂ ਮੰਦਰਾਂ ਦੇ ਵਿੱਚ ਤੇਰੀ ਹਜ਼ੂਰੀ ਉਤਰ ਆਏ ਮੇਰੇ ਖੁਦਾ ਪ੍ਰਭੂ ਤੇਰੇ ਲੋਕ ਨੇ ਪਾਸ਼ਾ ਨਾਲ ਭਰ ਜਾਣ ਮੇਰੇ ਖੁਦਾ ਆਏ ਖੁਦਾ ਪਹਿਲੇ ਵਾਲੀ ਬੇਦਾਰੀ ਨੂੰ ਦੇ ਮੇਰੇ ਪਰਮੇਸ਼ਰ ਪਹਿਲੀ ਬੇਦਾਰੀ ਤੇਰੇ ਮੇਰੇ ਪਰਮੇਸ਼ਰ ਆਏ ਖੁਦਾ ਤੇਰੇ ਲੋਕ ਤੇਰੇ ਨਾਲ ਜੀਣਾ ਚਾਹੁੰਦੇ ਆ ਮੇਰੇ ਖੁਦਾ ਤੇਰੇ ਸੁੰਦਰ ਆਵਾਜ਼ ਤਮਾਮ ਦੁਨਿਆਵੀ ਗੱਲਾਂ ਪ੍ਰਭੂ ਜੋ ਤੇਰੇ ਲੋਕਾਂ ਨੂੰ ਤੇਰੇ ਨਾਲ ਚੱਲਣ ਤੋਂ ਰੋਕਦੀਆਂ ਅੱਜ ਤੇਰੇ ਪੁੱਤਰ ਯਿਸੂ ਨਾਸਰੀ ਦੇ ਨਾਮ 'ਚ ਇਹਨਾਂ ਜ਼ਿੰਦਗੀਆਂ ਤੋਂ ਇਕਦਮ ਚਲੀਆਂ ਜਾਣ ਹਰ ਦੇਹੀ ਆਜ਼ਾਦ ਹੋ ਜਾਏ ਪ੍ਰਭੂ ਤੇਰੀ ਹਜ਼ੂਰੀ ਇਹਨਾਂ ਸਰੀਰਾਂ 'ਚ ਚਲਦੀ ਫਿਰਦੀ ਨਜ਼ਰ ਆਏ ਮੇਰੇ ਪ੍ਰਭੂ ਜਿਹੜੇ ਲੋਕਾਂ ਨੇ ਪਿਆਰੇ ਖੁਦਾ ਤੇਰੇ ਬੱਚਿਆਂ ਨੇ ਮੇਰੇ ਪਰਮੇਸ਼ਰ ਖੁਦਾ ਤੇਰੇ ਦਿੱਤੇ ਹੋਏ ਜੋ ਦਿੱਤਾ ਖੁਦਾ ਤੇਰੇ ਬਦਲੇ ਸੌ ਗੁਣਾ ਹਜ਼ਾਰ ਗੁਣਾ ਬਰਕਤ ਮਿਲੇ ਮੇਰੇ ਪਰਮੇਸ਼ਰ ਖੁਦਾ ਪ੍ਰਭੂ ਅੱਜ ਤੇਰੇ ਦਾਸ ਨੇ ਪ੍ਰਭੂ ਤੇਰੇ ਲੋਕਾਂ ਨੇ ਖੁਦਾ ਲੋਕਾਂ ਦੇ ਹੱਥ ਰੱਖ ਕੇ ਦੁਆਵਾਂ ਕਰਨੀਆਂ ਮੇਰੇ ਖੁਦਾ ਪ੍ਰਭੂ ਆਏ ਖੁਦਾ ਆਪਣਾ ਮਸਾ ਉਢੇਲ ਮੇਰੇ ਖੁਦਾ ਪ੍ਰਭੂ ਛੁਟਕਾਰਾ ਭੇਜ ਮੇਰੇ ਪਰਮੇਸ਼ਰ ਖੁਦਾ ਜਿੱਥੇ ਜਿੱਥੇ ਤੇਰੇ ਨਾਮ ਦਾ ਹੱਥ ਜਾਵੇ ਆਏ ਖੁਦਾ ਬਿਮਾਰ ਚੰਗੇ ਹੋ ਜਾਣ ਮੇਰੇ ਖੁਦਾ ਅੰਦਰੋਂ ਚਿਲਾ ਉੱਠਣ ਮੇਰੇ ਖੁਦਾ ਤੇਰਾ ਧੰਨਵਾਦ ਕਰਨੀਆਂ ਪ੍ਰਭੂ
ਅਸੀਂ ਹੱਥ ਚੱਕ ਕੇ ਪਰਮੇਸ਼ਰ ਦੀ ਬੇਦੀ ਤੇ ਅਸੀਂ ਨੂੰ ਲੈ ਕੇ ਆਉਂਦੇ ਹਾਂ ਜੋ ਨਿਵੇਦਨ ਪੱਤਰ ਨੇ ਕਿ ਪਰਮੇਸ਼ਰ ਆਪਣੇ ਲੋਕਾਂ ਦੀ ਮਨੋਕਾਮ ਨੂੰ ਪੂਰਾ ਥੈਂਕ ਯੂ ਬੋਲ ਆਪਣਾ ਹੱਥ ਚੱਕ ਕੇ ਬੇਨਤੀ ਕਰੀਏ ਪ੍ਰਭੂ ਪ੍ਰਤੇਕ ਵਿਅਕਤੀ ਦੀ ਹਰ ਮਨੋਕਾਮਨਾ ਤੂੰ ਪੂਰੀ ਕਰ ਪਵਿੱਤਰ ਆਤਮਾ ਦਰਖਾਸਤ ਕਰੋ ਪਿਤਾ ਨੂੰ ਕਿ ਤੁਹਾਨੂੰ ਕਿਸੇ ਦੀ ਸ਼ੱਕਰ ਆਈ ਖੁਦਾਵੰਦ ਅਸੀਂ ਤੇਰੀ ਬੇਦੀ ਤੇਰੇ ਪ੍ਰਾਰਥਨਾ ਕਰਦੇ ਹਾਂ ਔਰ ਮਸੀਹ ਯਸੂ ਵਿੱਚ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ ਕਿ ਤੇਰੇ ਬੱਚੇ ਦੀਆਂ ਪ੍ਰਾਰਥਨਾ ਕਾਟ ਸੁਣ ਕੇ ਜੋ ਲਿਖਤਾ ਹੁੰਦਾ ਦੇਖਦਾ ਜਦ ਲਿਖ ਰਹੇ ਸੀ ਤੁਸੀਂ ਕਦੋਂ ਪੜ੍ਹ ਲਿਖਿਆ ਜਦ ਸੋਚ ਕੇ ਸੀ ਤਦੋਂ ਤੁਸੀਂ ਜਾਣ ਦਿੱਤਾ ਖੁਦਾ ਕਿ ਤੇਰੇ ਬੱਚਿਆਂ ਨੂੰ ਕਿਸ ਗੱਲ ਦੀ ਸ਼ੱਕਰ ਅੱਜ ਕੋਈ ਨਿਰਾਸ਼ਾ ਨਹੀਂ ਬਲਕਿ ਹਰ ਕੱਢੀ ਤੇਰੇ ਸ਼ੁਭ ਸਿਰਾ ਚ ਤੇਰੇ ਬੱਚੇ ਆਸ਼ੀਸ਼ ਧੰਨਵਾਦ ਕਰਕੇ ਮੰਗਦੇ ਹਾਂ